जस टीवी देख रहे हो तुसी, मैं के पी सिंह टू द पॉइंट तुहाडा सब दा स्वागत करता है। खेती कानून तो सोध बिल तक गल आ पहुंची है, सारा ने एकता दिखाई। 115 विधायक कैप्टन अमरिंदर सिंह सने राजपाल दे कोले गए। उस एकता तो बाद किसानी एकता दीआं गल्लां होण लग पईआं कि एकता दे विच ही बल है, पर बाहर आने तो बाद जिस तरीके नाल बयानबाजियां होईआं उस दे नाल इउं लगता है कि केंद्र जिहड़े खदशे प्रगटा रहा उस नूं बल मिलेगा। पर जदों किसानां नाल गल कीती गई तां किसानां ने भी कहा कि बिल्लां विच नुक्स तां बहुत है, पर असीं इस वक्त इहो जिहा कोई सुनेहा नहीं देना चाहुंदे जिहदे नाल कोई तरेड़ नजर आवे। तो किसानां ने कैप्टन अमरिंदर सिंह दीआं कुछ गल्लां मान लीआं, पर सोध बिल्लां दे विच रेड़का है की है, बाकी सूबिआं ते दबाव किन्ना पवेगा सवाल यह भी है, नुक्स किन्ने है, ये नुक्स जानबुझ के रखे गए जां इस तों अगे सूबा सरकार कुछ नहीं कर सकती सी। बहुत सारे सवाल होणगे तुहाडे जहन दे विच, पर एक सवाल उभर के सामने आया, वह संघी ढांचे का सवाल आया। संघी ढांचे जो सवाल आता तो उस दे नाल बाकी सूबिआं दे विच एक सुनेहा जांदा है ते उह देश दी केंद्र सरकार तक सुनेहा जांदा है। इस करके खेतीबाड़ी मंत्री, केंद्रीय खेतीबाड़ी मंत्री दे बयान भी आने शुरू हो गए हैं। पर असीं इक्को सवाल पुछांगे, पंजाब दी जिहड़ी सियासी पार्टियां विधानसभा इजलास हंगामे वाला मुकाउण तो बाद जिस तरीके नाल बयानबाजियां करदियां पईआं उस नाल सवाल इक्को ही है, कैप्टन दे सोध बिल किन्ने पास किन्ने फेल। ਪਹਿਲਾਂ ਸੁਣ ਲਈਏ, ਸਿਆਸਤ ਕਿਹਾ ਕੀ ਰਹੀ ਹੈ, ਕਿਸਾਨ ਜਥੇਬੰਦੀਆਂ ਕਿਹਾ ਕੀ ਰਹੀ ਹੈ। I don't care about president's rule. You want to bring president's rule, bring president's rule. You want to sack my government, sack my government. I don't give a damn. आपने कहा कि resignation. I am doing everything for the farmers of this state and through this to the farmers of the country. ਕੱਲ ਇਹ ਮੈਸੇਜ ਦੇਣ ਚ ਕਾਮਯਾਬ ਹੋਏ ਆ ਪੰਜਾਬ ਵਾਲੇ ਸਾਰੇ ਸੈਂਟਰ ਨੂੰ ਕਿ ਅਸੀਂ ਇਸ ਮਾਮਲੇ ਤੇ ਇਕੱਠੇ ਆ, ਪਰ ਮਨਮਰਜ਼ੀ ਕਰੇ ਜਾਂ ਇਹ ਫੁੱਲ ਝੜੀਆਂ ਅਤਸ਼ਬਾਜ਼ੀਆਂ ਚਲਾਉਣ ਕਾਂਗਰਸ ਵਾਲੇ, ਇਹ ਉਹਨਾਂ ਦੀ ਗਲਤ ਫਹਿਮੀ ਹੈ। ਅਸੀਂ ਵਿਰੋਧੀ ਧਿਰ ਦਾ ਰੋਲ ਜਿਹੜਾ ਉਹ ਨਿਭਾਉਂਦੇ ਰਵਾਂਗੇ ਤੇ ਇਹਨਾਂ ਬਿੱਲਾਂ ਦੀਆਂ ਜਿਹੜੀਆਂ ਕਲੋਜ਼ਸ ਨੇ ਕਮਜ਼ੋਰੀਆਂ ਨੇ ਉਹ ਪਬਲਿਕ ਨੂੰ ਅਸੀਂ ਦੱਸਦੇ ਰਵਾਂਗੇ। ਨਹੀਂ ਨਹੀਂ ਅਸੀਂ ਬਿੱਲਾਂ ਤੇ ਕਹਿ ਜੀ MSP ਜਿਹੜੀ ਹੈ ਇਹਨਾਂ ਨੇ ਕਹਿਤਾ MSP ਤੋਂ ਘੱਟ ਜਿਹੜਾ ਖਰੀਦੂਗਾ 3 ਸਾਲ, ਜੇ ਸੈਂਟਰ ਨੇ MSP ਨਾ ਦਿੱਤੀ ਫਿਰ ਕਿਹੜਾ ਘੱਟ ਕਿਹੜਾ ਵੱਧ। ਪੰਜਾਬ ਵਿਧਾਨ ਸਭਾ ਇਹਨਾਂ ਨੂੰ ਪੰਜਾਬ ਐਕਟ ਲਿਆਉਣੇ ਚਾਹੀਦੇ ਸੀ, ਨਾ ਕਿ ਅਮੈਂਡਮੈਂਟ। ਉਹਨਾਂ 'ਚ ਅਮੈਂਡਮੈਂਟ ਤੇ ਐਕਟ 'ਚ ਫਰਕ ਹੈ। ਇਹਨਾਂ ਨੇ ਦਿੱਲੀ ਨਾਲ ਗੱਲ ਮੁਕਾਈ ਹੋਈ ਹੈ, ਕੈਪਟਨ ਅਮਰਿੰਦਰ ਸਿੰਘ ਦੀ ਮੋਦੀ ਨਾਲ ਗੱਲ ਮੁਕੀ ਹੋਈ ਹੈ, ਔਰ ਗੱਲ ਕੀ ਮੁਕੀ ਹੈ ਕਿ ਤੂੰ ਤੋਰ ਦੇ ਸਾਡੇ ਵੱਲ ਨੂੰ, ਅਸੀਂ ਕੋਈ ਨਾ ਇਹਨੂੰ ਠੰਡੇ ਬਸਤੇ 'ਚ ਪਾ ਦਿਆਂਗੇ। ਮਗਰ ਕੰਮ ਨੁਕਸਾਨ ਕਿਹਦਾ ਹੋਜੂ ਪੰਜਾਬ ਦਾ, ਜੇ ਗਵਰਨਰ ਸਾਹਿਬ ਹੁਣ ਲੈ ਕੇ ਬੈਠੇ ਰਹਿੰਦੇ ਇਹਦੇ 'ਤੇ ਮਹੀਨਾ ਕੱਢ ਦੇਣ, 6 ਮਹੀਨੇ ਕੱਢ ਦੇਣ, ਕੱਲ੍ਹ ਮੋੜ ਦੇਣ, ਕੋਈ ਪਾਬੰਦੀ ਤਾਂ ਨਹੀਂ। ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਬੈਠੇ, ਮਗਰ ਪੰਜਾਬ 'ਚ ਕੀ ਕਿਹੜਾ ਕਾਨੂੰਨ ਲਾਗੂ ਰਹੂਗਾ ਦਿੱਲੀ ਵਾਲਾ। ਪੰਜਾਬ ਸਰਕਾਰ ਨੇ ਜਿਸ ਤਰੀਕੇ ਦੇ ਬਿੱਲ ਲੈ ਕੇ ਆਈ ਔਰ ਜੋ ਐਕਟ ਬਣਾਉਣ ਦੀ ਹੈ, ਇਹ ਦਿੱਲੀ ਦੀ ਮਦਦ 'ਤੇ ਐਕਟ ਬਣਨੇ ਹੀ ਨਹੀਂ। ਜਦੋਂ ਮੈਂ ਬਾਰ ਬਾਰ ਕਹਿ ਰਿਹਾ, ਮੇਰਾ ਵੀ ਪਲੀਜ਼ ਅੰਡਰਸਟੈਂਡ, ਐਗਰੀਕਲਚਰ 'ਤੇ ਅਸੀਂ ਬਾਰ ਬਾਰ, ਸਾਡਾ ਬਿੱਲ ਮੂਵ ਹੋਇਆ ਹੋਇਆ ਪ੍ਰਾਈਵੇਟ ਮੈਂਬਰ ਬਿੱਲ, ਵਾਟ ਇਜ਼ ਦੈਟ ਕਿ ਸਾਰੇ ਪੰਜਾਬ ਨੂੰ ਮੰਡੀ ਐਲਾਨੋ। ਉਹ ਕਿਉਂ? ਕਿਉਂਕਿ ਉਹ ਪੰਜਾਬ ਨੇ ਐਲਾਨੀ, ਉਹ 'ਚ ਦਿੱਲੀ ਦਾ ਕੋਈ ਦਖਲ ਨਹੀਂ। ਉਹ ਕਿਉਂ ਨਹੀਂ ਕੀਤਾ? ਇਜਲਾਸ ਬੁਲਾਇਆ ਗਿਆ, ਸਾਡੇ ਦਬਾਅ ਹੇਠ ਉਹਨਾਂ ਨੇ ਜਿਹੋ ਜਿਹਾ ਮਰਜ਼ੀ ਟੁੱਟਿਆ ਭੱਜਿਆ ਬਣਾਇਆ ਬਿੱਲ ਬਣਾਏ, ਜਿਹੋ ਜਿਹਾ ਮਰਜ਼ੀ ਬਣਾਇਆ, ਪਰ ਉਹ ਬਿੱਲ ਬਣਾਇਆ ਉਹ ਇਹ ਕਿਸਾਨ ਅੰਦੋਲਨ ਦੀ ਹੀ ਵਜ੍ਹਾ ਕਰਕੇ ਹੈ। ਕਿਸਾਨ ਅੰਦੋਲਨ ਦੀ ਹੀ ਵਜ੍ਹਾ ਕਰਕੇ ਹੈ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ, ਕਿਸਾਨ ਅੰਦੋਲਨ ਦੀ ਹੀ ਵਜ੍ਹਾ ਕਰਕੇ ਹੈ ਵੀ ਉਹ NDO 'ਚੋਂ ਬਾਹਰ ਆਏ। ਇਹ ਅੰਦੋਲਨ ਦੀਆਂ ਪ੍ਰਾਪਤੀਆਂ ਨੇ, ਉਸੇ ਤਰ੍ਹਾਂ ਕੱਲ ਦੇ ਅਜਲਾਸ 'ਚ ਜਿਹੜਾ ਕੁਝ ਹੋਇਆ ਅੰਦੋਲਨ ਦੀ ਉਹ ਪ੍ਰਾਪਤੀ ਹੈ। ਰਾਜੇਵਾਲ ਸਾਹਿਬ ਤੁਸੀਂ ਸ਼ਬਦ ਕਿਹਾ ਟੁੱਟਿਆ ਭੱਜਿਆ ਬਿੱਲ, ਕੀ ਤੁਹਾਨੂੰ ਨਹੀਂ ਲੱਗਦਾ ਕਿਸਾਨ ਦਬਾਅ ਹੇਠ ਕੋਈ ਚੰਗਾ ਬਿੱਲ ਵੀ ਬਣਾਇਆ ਜਾ ਸਕਦਾ ਸੀ ਪੰਜਾਬ 'ਚ? ਦੇਖੋ ਇਹ ਅਲੱਗ ਵਿਸ਼ਾ ਹੈ ਸਾਡੇ, ਦੇਖੋ ਇੱਕ ਦੇਖੋ ਕੰਸਟੀਟਿਊਸ਼ਨ ਦੇ ਮੁਤਾਬਕ ਜਿਹੜਾ ਸੈਂਟਰਲ ਐਕਟ ਬਣ ਗਿਆ ਉਹਦੇ ਨਾਲ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਬਣਾਇਆ, ਹੁਣ ਉਹਦੀ ਵਿਆਖਿਆ ਮੈਂ ਕਰਾਂਗਾ ਬਹੁਤ ਲੰਬੀ ਹੋ ਜਾਏਗੀ। ਜੇ ਉਹਦੇ ਮੁਕਾਬਲੇ 'ਤੇ ਕਾਨੂੰਨ ਬਣਾਉਣਾ ਤਾਂ ਫਿਰ ਉਹਨਾਂ ਨੂੰ ਆਹ ਜਿਹੜਾ ਸੀ 2 ਫਸਲਾਂ ਦਾ ਨਹੀਂ ਸੀ ਬਣਾਉਣਾ ਚਾਹੀਦਾ। ਵਿਆਖਿਆ ਕਰਨੀ ਬਹੁਤ ਔਖੀ ਹੈ, ਪਰ ਵਿਆਖਿਆ ਦੇ ਵਿਚਾਲੇ ਇੱਕ ਸੁਨੇਹਾ ਗਿਆ, ਉਸ ਸੁਨੇਹੇ 'ਤੇ ਚਰਚਾ ਹੋਣੀ ਲਾਜ਼ ਪਈ ਹੈ। ਅਸੀਂ ਵੱਡਾ ਸਵਾਲ ਇੱਕੋ ਪੁੱਛਾਂਗੇ, ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕੈਪਟਨ ਦੇ ਸੋਧ ਬਿੱਲਾਂ ਦਾ ਸੱਚ ਕੀ ਹੈ? ਇਸ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਡਾਕਟਰ ਪਹਿਲਾ ਗਰਗ ਐਕਟੀਵਿਸਟ ਨੇ,
पिंड बचाओ पंजाब बचाओ मुहिम नाल जुड़े हुए हैं, ग्राम सभा की गल करते हैं, उस दे विच मतियां की गल करते हैं तो मजबूती की गल करते हैं। डॉक्टर गर्ग सर बहुत स्वागत है तुहाडा। हरदीप सिंह किंगरा कांग्रेस से बुला रहे हैं, इकबाल सिंह आम आदमी पार्टी से बुला रहे हैं, अर्शदीप सिंह कलेर श्रोमणी अकाली दल से बुला रहे हैं। सारिआं नूं सति श्री अकाल जी। सब तो पहला सवाल सति श्री अकाल हरदीप सिंह किंगरा तुहानूं करना चाहूँगा। हरदीप सिंह किंगरा बहुत संखेप जवाब चाहिए, तुहाडे ते सवाल जिहड़े उठ रहे हैं तुसीं उहनां सवालां दे विचाले राष्ट्रपति राज वाले राह क्यों लाप रहे हो? हरदीप सिंह किंगरा नहीं, असी राष्ट्रपति वाले राग नहीं अलाप रहे। असी तां केंद्र नूं इह कहेगा भी जे तुसीं थोनू कोई शक है या शंका है कि इन्हां दी कमिटमेंट दे प्रति तां असी अस्तीफा देण नूं तैयार हां। असी राष्ट्रपति राज भी सानू एक्सेप्टेबल है, इस असी अलाप रहे राग। देखो मैं तुहानूं दस्सां इहदे च बहुत वड्डी गलत फहमी है। मैं हुणे मजीठिया साहब का भी बयान सुनिया है, मजीठिया साहब नूं हर गल दे विच सियासी तरीके नाल नहीं बोलना चाहिए। पढ़े लिखे है, चंगे लीडर हैगे आ, उहनां नूं चंगी गल करनी चाहिए है। उहदे च मैं तुहानूं इह दसना चाहुंदा हैगा कि जिहड़ा इह सोध कीता है ना इह एक्ट, इसे नूं ही एक्ट कहिंदे आ, क्योंकि केंद्र दे विच प्रावधान है 254(2) दे विच कि केंद्र दे किसे भी कानून नूं सोध करके कोई स्टेट लागू कर सकती है। और इस तरह के बहुत सारे कानून ने जिन्हां दीआं सोधां करके सरकारां ने लागू कीते ने और राष्ट्रपति ने उन्हां नूं मंजूरी दित्ती होई है। ठीक है, तुसीं कहो तां मैं तुहानूं सारे कानूनों गिणा सकदांगा। ठीक है, ठीक है। जिहड़े बंदे कहिंदे ने कि इह राष्ट्रपति दी अनुमति नहीं मिलनी, उन्हां नूं ना तां संविधान दा ज्ञान है ਤੇ ਨਾ ਉਹਨਾਂ ਨੂੰ ਇਹ ਪਤਾ ਕਿ ਜੇ ਪਾਰਲੀਮੈਂਟ ਕੋਈ ਕਾਨੂੰਨ ਪਾਸ ਕਰਦੀ ਹੈ ਤਾਂ ਸਟੇਟਾਂ ਕਿਵੇਂ ਅਮੈਂਡ ਕਰਕੇ ਸਟੇਟਾਂ ਦੇ ਵਿੱਚ ਉਸ ਕਾਨੂੰਨ ਨੂੰ ਲਾਗੂ ਕਰ ਸਕਦੇ। ਠੀਕ, ਠੀਕ ਹੈ। ਇਕਬਾਲ ਸਿੰਘ ਜੀ, ਤੁਹਾਡੇ ਪਾਰਟੀ ਦੇ ਸੁਪਰੀਮੋ ਇਹ ਗੱਲ ਕਹਿ ਰਹੇ ਆ ਕਿ ਨਾਟਕ ਕਰ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ। ਇੱਕ ਪਾਸੇ ਤੁਸੀਂ ਰਾਜਪਾਲ ਦੇ ਕੋਲ ਸਦਨ ਦੇ ਵਿੱਚ ਸਰਬਸੰਮਤੀ ਦਿਖਾਉਂਦੇ ਹੋ, ਰਾਜਪਾਲ ਦੇ ਕੋਲ ਇਕੱਠੇ ਜਾਂਦੇ ਹੋ, ਹਰਪਾਲ ਚੀਮਾ ਉਦੋਂ ਨਾਲ ਖੜ੍ਹਦੇ ਆ, ਭਗਵੰਤ ਮਾਨ ਕੁਛ ਹੋਰ ਕਹਿ ਰਹੇ ਆ, ਅਰਵਿੰਦ ਕੇਜਰੀਵਾਲ ਇਸ ਨੂੰ ਨਾਟਕ ਕਰਾਰ ਦੇ ਰਹੇ ਆ। ਸਰ, ਨਾਟਕ ਤੁਸੀਂ ਵੀ ਕਰ ਲਓ ਉੱਥੇ ਵਿਧਾਨ ਸਭਾ 'ਚ, ਤੁਹਾਨੂੰ ਕਿਹਨੇ ਰੋਕਿਆ? ਨਹੀਂ ਦੇਖੋ ਪੀਪੀ ਜੀ, ਗੱਲ ਇਹ ਹੈ ਵੀ ਨਾਟਕ ਦੀ ਗੱਲ ਨਹੀਂ ਹੈ। ਇਹ ਸਭ ਤੋਂ ਪਹਿਲਾਂ ਨਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਵਧਾਈ ਦੇਣ ਲੱਗੇ ਆ, ਵਿੱਚੋਂ ਦੂਜੀਆਂ ਪਾਰਟੀਆਂ ਨੂੰ ਅਕਾਲੀ ਦਲ ਆਮ ਪਾਰਟੀ ਨੂੰ ਮੈਨਸ ਕਰ ਰਹੇ ਆ, ਅੱਜ ਸਵੇਰ ਦੇ ਫੋਨ ਜਾ ਰਹੇ ਆ, ਮੈਨੂੰ ਫੋਨ ਆਇਆ ਵੀ ਮੈਂ ਪੰਜਾਬੀਓ ਤੁਹਾਡੇ ਨਾਲ ਖੜਾ, ਮੈਂ ਸੈਂਟਰ ਦੇ ਕਾਨੂੰਨ ਰੱਦ ਕਰ ਦਿੱਤੇ, ਮੈਂ ਤੁਹਾਡੇ ਪਿੱਛੇ ਸਰਕਾਰ ਵੀ ਸੁੱਟਣ ਨੂੰ ਤਿਆਰ ਹੈ ਆਪਣੀ, ਮੈਂ ਤੁਹਾਡੇ ਨਾਲ ਖੜਾ, ਮੈਂ ਪਰਵਾਹ ਨਹੀਂ ਕਰਦਾ। ਇਹ ਇਕੱਲੇ ਅਮਰਿੰਦਰ ਸਿੰਘ ਨੇ ਕੀਤਾ, ਉੱਥੇ ਸਾਰਿਆਂ ਦੀ ਸਹਿਮਤੀ ਨਾਲ ਹੋਇਆ ਹੈ, ਫਿਰ ਇਕੱਲਾ ਕਿਵੇਂ ਬਾਹਰ ਨਿਕਲ ਗਿਆ? ਸਰਕਾਰੀ ਖਰਚੇ ਤੇ ਫੋਨ ਜਾ ਰਹੇ ਹੈਗੇ ਹਰੇਕ ਬੰਦੇ ਨੂੰ, ਤੁਸੀਂ ਦੱਸੋ ਖਰੜਾ ਤੁਸੀਂ ਦਿੰਦੇ ਨੀ ਆਮ ਦੂਜੀ ਪਾਰਟੀਆਂ ਨੂੰ, ਫਿਰ ਤੁਸੀਂ ਕਹਿੰਦੇ ਵੀ ਸਾਡਾ ਸਮਰਥਨ ਕਰੋ, ਅਸੀਂ ਸਿਰਫ ਕਿਸਾਨਾਂ ਦੇ ਕਰਕੇ ਸਮਰਥਨ ਦਿੱਤਾ, ਕਿਉਂਕਿ ਕਿਸਾਨਾਂ ਨੇ ਪੋਲੀਟੀਸ਼ੀਅਨਾਂ ਦੀ ਬਾਹ ਮਰੋੜੀ ਸੀਗੀ। ਅਸੀਂ ਕਹਿੰਦੇ ਵੀ ਅਸੀਂ ਸਮਰਥਨ ਦੇਵਾਂਗੇ ਕਿਸਾਨਾਂ ਦੇ ਕਹਿਣ ਤੇ, ਇਹਨਾਂ ਦੇ ਕਰਕੇ ਨਹੀਂ ਦਿੱਤਾ ਸੀਗਾ ਅਸੀਂ ਸਮਰਥਨ, ਇਹ ਬਿੱਲ ਚੋਂ ਕੱਖ ਨਹੀਂ ਨਿਕਲਣਾ ਹੈਗਾ, ਤੁਸੀਂ ਦੇਖ ਲਿਓ। ਇਕਬਾਲ ਸਿੰਘ, ਇਕਬਾਲ ਸਿੰਘ, ਠੀਕ ਠੀਕ ਹੈ ਇਕਬਾਲ ਸਿੰਘ, ਖੇਤੀ ਬਾਰੇ ਕੋਈ ਖੇਤੀ ਪਾਲਿਸੀ ਅੱਗੇ ਕੀ ਸਾਡੀ ਨੀਤੀ ਹੋਵੇ, ਜੇ ਐਮਐਸਪੀ ਖਤਮ ਹੋ ਗਈ ਅਸੀਂ ਕੀ ਕਰਾਂਗੇ? ਠੀਕ ਹੈ ਸਰ, ਠੀਕ ਹੈ, ਕੋਈ ਕਿਸਾਨਾਂ ਨੂੰ ਆਸਵਾਸ, ਠੀਕ ਹੈ, ਮੈਂ ਵਾਪਸ ਆਉਂਗਾ ਇਕਬਾਲ ਸਿੰਘ, ਵਾਪਸ ਆਉਂਗਾ ਤੁਹਾਡੇ ਤੋਂ, ਮੈਂ ਹੋਰ ਕਮੈਂਟ ਲਵਾਂਗਾ। ਅਰਸ਼ਦੀਪ ਸਿੰਘ ਕਲੇਰ, ਤੁਸੀਂ ਕਹਿ ਰਹੇ ਸੀ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਬੈਠੇ ਹਾਂ, ਅਸਤੀਫਾ ਤੁਸੀਂ ਦਿੱਤਾ, ਉਸ ਨੂੰ ਜਿਸ ਤਰੀਕੇ ਨਾਲ ਤੁਹਾਡਾ ਵਿਰੋਧ ਵੀ ਹੋਇਆ, ਜਿਸ ਤਰੀਕੇ ਨਾਲ ਉਸ ਨੂੰ ਪ੍ਰਚਾਰਿਆ ਗਿਆ, ਮੈਂ ਉਹ ਸਵਾਲ ਨਹੀਂ ਕਰ ਰਿਹਾ ਸਰ। ਸਰ, ਸੁਖਬੀਰ ਸਿੰਘ ਬਾਦਲ ਕਿੱਥੇ ਹੈ? ਉਹਨਾਂ ਦਾ ਕੋਈ ਬਿਆਨ ਨਹੀਂ ਆ ਰਿਹਾ ਸਰ ਇਹਨਾਂ ਸੋਧ ਬਿੱਲ 'ਤੇ। ਮੈਂ ਕੇਪੀ ਜੀ ਪਹਿਲਾਂ ਤਾਂ ਗੱਲ ਕਰਦਾ ਕਿ ਸੁਖਬੀਰ ਸਿੰਘ ਬਾਦਲ ਕੱਲ੍ਹ ਨੂੰ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ, ਔਰ ਜਿੱਥੇ ਤੱਕ ਸੋਧ ਬਿੱਲਾਂ ਦੀ ਗੱਲ ਹੈ, ਮੈਂ ਇਹ ਗੱਲ ਤੁਹਾਡੇ ਚੈਨਲ 'ਤੇ ਕਲੀਅਰ ਕਰਦਿਆਂ ਕਿ ਅਸੀਂ ਮੈਂ ਉਹ ਗੱਲ ਕਹੂੰਗਾ ਜਿਹੜੀ ਅਸੀਂ ਵਿਧਾਨ ਸਭਾ ਦੇ ਵਿੱਚ ਕਹੀ। ਵਿਧਾਨ ਸਭਾ ਦੇ ਵਿੱਚ ਅਸੀਂ ਤਿੰਨ ਮੋਟੀਆਂ ਗੱਲਾਂ ਕਹੀਆਂ ਕਿ ਕੀ ਇਹ ਜਿਹੜੇ ਬਿੱਲ ਨੇ ਇਹ ਅਸ਼ੋਰਡ ਪਰਚੇਜ਼ ਨੂੰ ਕਿਸੇ ਤਰੀਕੇ ਦੇ ਨਾਲ ਸਪੋਰਟ ਕਰਦੇ ਨੇ, ਨਹੀਂ ਕਰਦੇ। ਕੀ ਜਿਹੜੀ MSP ਸਰਕਾਰ ਨੇ, ਪੰਜਾਬ ਸਰਕਾਰ ਨੇ ਆਪਣਾ ਸਾਰਾ ਸਟੈਂਡ ਹੀ ਗਲਤ ਕਰ ਲਿਆ, ਉਹਨਾਂ ਨੇ MSP ਸਿਰਫ ਦੋ ਫਸਲਾਂ ਤੇ ਕਰ ਲਈ, ਉਹ ਆਪ ਐਡਮਿਟ ਕਰਦੇ ਆ। ਕੇਪੀ ਜੀ, ਗੱਲ ਉਹ ਨਹੀਂ ਕਿ ਬਿੱਲਾਂ ਦਾ ਕੀ ਬਣਨਾ, ਇਹਨਾਂ ਤੇ ਗਵਰਨਰ ਨੇ ਸਾਈਨ ਕਰਨੇ ਆ ਕਿ ਨਹੀਂ ਕਰਨੇ। ਗੱਲ ਅਜੇ ਹੈ ਕਿ ਅਗਰ ਪੰਜਾਬ ਨੇ ਕੋਈ ਬਿੱਲ ਬਣਾਇਆ ਸੀ ਔਰ ਪੰਜਾਬ ਨੇ ਅੱਜ ਹੀ ਉਹਦੇ 'ਚ ਕਹਿਤਾ ਕਿ ਅਸੀਂ ਦੋ ਫਸਲਾਂ ਤੇ MSP ਦੀ ਗੱਲ ਕਰਦੇ ਹਾਂ, ਬਾਕੀ ਫਸਲਾਂ ਹੀ ਛੱਡਤੀਆਂ, ਤਾਂ ਆਪਾਂ ਕਿੱਥੇ ਖੜੇ ਹਾਂ? ਇਹ ਗੱਲਾਂ ਉਹ ਨੇ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਹੋਈਆਂ, ਚਾਹੇ ਵੀਡੀਓ ਰਿਲੀਜ਼ ਕਰ ਦੇਵੇ, ਅਸੀਂ ਸਪੀਕਰ ਸਾਹਿਬ ਨੂੰ ਵੀ ਕਹਿੰਦੇ ਹਾਂ ਕਿ ਇਹਦੀ ਵੀਡੀਓ ਦੇ ਦਿਓ ਸਾਨੂੰ। ਚਲੋ ਠੀਕ ਹੈ, ਮੈਂ ਛੋਟਾ ਠੀਕ ਠੀਕ ਮੈਂ ਕੇਪੀ ਜੀ ਸਿਰਫ ਇੱਕ ਗੱਲ ਕਹਿਣੀ ਚਾਹੁੰਦਾ ਜੀ ਕਿ ਇਹ ਜਿਹੜੀ ਅਮੈਂਡਮੈਂਟ ਵੀ ਮੂਵ ਕੀਤੀ ਹੈ, ਕਿੰਗਰਾ ਸਾਹਿਬ ਕਹਿੰਦੇ 254(2) ਦੇ ਨੀਚੇ ਕੀਤੀ ਹੈ। ਮੈਂ ਕਿੰਗਰਾ ਸਾਹਿਬ ਇੱਕ ਗੱਲ ਕਹਿਣਾ ਕਿ ਅਗਰ ਸਾਰੇ ਪੰਜਾਬ ਨੂੰ APMC ਮੰਡੀ ਐਲਾਨਦੇ ਤਾਂ ਪੰਜਾਬ ਸਰਕਾਰ ਦਾ ਅਧਿਕਾਰ ਖੇਤਰ ਸੀ, ਇਹ ਸੈਂਟਰ ਦੇ ਪਾਲੇ 'ਚ ਗੇਮ ਸਿੱਟਦੀ, ਸੈਂਟਰ ਤਾਂ ਪਹਿਲਾਂ ਹੀ ਆਪਣੇ ਵਿਰੁੱਧ ਹੈ।
बहुत सारे सवाल है जहन दे विच पहला सवालों दे विच आले विरोधी तरह के सवाल किन्ने जायज है कि इन्हों एड्रैस किन्ना करना बनता है क्या वह सवाल अपने आप वड्डा पर इस दे नाल इस सवाल को छोटा नहीं किया जा सकता कि जो खुद मुख्तियारी वाला संघी ढांचे वाला मुद्दा उठता है उस दे विचाले केंद्र सरकार को भी समझ आ गया कि पंजाब इस मामले में लीड कर रहा है उस सवाल को छोटा करके नहीं देखा जा सकता। ब्रेक तो वापस आ रहे केंद्र के खेती कानूनों खिलाफ कैप्टन के सोध बिलों का सच की है। डॉक्टर पहला गर्ग सर जिहड़ा इन्हां सारे धिरां ने सवाल चुकिया मैं उस सवाल दे विचाले तुहाडे तों एक सवाल पुछना चाहुंदा हां इन्हां दी मजबूरी है इन्हां सियासी धिरां दी कि कैप्टन अमरिंदर सिंह दा सदन विच साथ देना ते बाहर आके विरोध जताउणा क्योंकि उह लगदा पिया कि सत्ता धिर भी 2022 नूं देखदी पई है ते विरोधी धिरां नूं समझ आ गया कि जे 2022 नूं कैप्टन अमरिंदर सिंह प्रचार रिहा तां इन्हां लई नुकसानदेह आ। डॉक्टर पहला गर्ग उस दे विचाले सर राष्ट्रपति राज वाला सवाल भी लुकिया होया। डॉक्टर गर्ग देखो गल यह है केपी जी भी ये पहली गल मैं कहाँगा स्वागत योग से चाहे प्रैशर चकरिया चाहे इन्होंने आपदे 2022 दे चकरिया तिना चार पार्टियां ने बल्कि दो ने एक दे इन्होंने तीन मेन पार्टियां ने जिहड़ियां पंजाब दे विच इन्होंने आपदे विरोध जताउण दे बावजूद कट्ठे होके इहनूं पास करिया और कट्ठे होके उत्थे गवर्नर साहब कोल गए ने एक अचीवमेंट है पंजाब दी। मैं कहाँगा जिहड़ियां पोलीटिकल पार्टियां कदे भी नहीं कट्ठियां होईआं इस तरह ਇਹ ਪਹਿਲੀ ਵਾਰੀ ਹੋਈਆਂ ਨੇ ਚਾਹੇ ਮਤਭੇਦ 100 ਨੇ ਇਹਨਾਂ ਦੇ ਹੁਣੇ ਵੀ ਚਾਹੀਦੇ ਨੇ ਔਰ ਉਹ ਰਹਿਣੇ ਵੀ ਚਾਹੀਦੇ ਨੇ ਇੱਕ ਤਾਂ ਪੋਜ਼ਿਟਿਵ ਹੈ ਦੂਜੀ ਪੋਜ਼ਿਟਿਵ ਗੱਲ ਇਹਦੀ ਹੈ ਸਾਨੂੰ ਅਸੀਂ ਦੇਖਣਾ ਪਏਗਾ ਵੀ ਪੰਜਾਬ ਜਾ ਕਿੱਧਰ ਨੂੰ ਰਿਹਾ ਅਕਾਲੀ ਦਲ ਜਿਹੜਾ ਕਹਿੰਦਾ ਸੀ ਸਾਡਾ 9 ਮਾਸ ਦਾ ਰਿਸ਼ਤਾ ਹੈ 3 ਸਾਲ ਪਏ ਨੇ ਅਜੇ 3 ਸਾਲ ਦੀ ਮਿਨਿਸਟਰੀ ਛੱਡਤੀ NDA ਛੱਡਤੀ ਇਹ ਇਸ ਦਾ ਅੰਦੋਲਨ ਦਾ ਅਸਰ ਹੈ ਇਹਨਾਂ ਨੂੰ ਆਪ ਨੂੰ ਵੀ ਹੈ ਵੀ ਹੁਣ ਅਸੀਂ ਕੁਛ ਪ੍ਰਾਪਤ ਕਰਨ ਦੀ ਗੱਲ ਕਰਦੇ ਨੇ ਇਸ ਕਰਕੇ ਪੰਜਾਬ ਦੇ ਕਿਸਾਨੀ ਦਾ ਪੰਜਾਬ ਦੇ ਲੋਕਾਂ ਦਾ ਇਹ ਸਟਰਗਲ ਦੀ ਇੱਕ ਪ੍ਰਾਪਤੀ ਹੈ ਕਿ ਸਿਆਸੀ ਪਾਰਟੀਆਂ ਵੀ ਇੱਕ ਪਾਸੇ ਨੂੰ ਇਸ ਨੂੰ ਆ ਰਹੀਆਂ ਨੇ। ਤੀਜੀ ਗੱਲ ਸਾਰੀਆਂ ਪਾਰਟੀਆਂ ਨੇ ਇਹਨੇ ਇਕੱਠੇ ਹੋ ਕੇ BJP ਬਾਹਰ ਰਹੀ ਹੈ ਹਾਲਾਂਕਿ ਇਹਨਾਂ ਨੇ ਕਿਹਾ ਉਹ ਗੱਲ ਸੱਚੀ ਵੀ ਲੱਗਦੀ ਹੈ ਮੈਨੂੰ ਵੀ ਉਹ ਤਾਂ ਵਿਚਾਰੇ ਪ੍ਰੈਸ਼ਰ 'ਚ ਨਹੀਂ ਆਏ ਵੀ ਉੱਤੇ ਕੀ ਜਵਾਬ ਦੇਣਗੇ ਅਦਰਵਾਈਜ਼ ਉਹ ਵੀ ਪੰਜਾਬ ਦੇ ਨਾਲ ਨੇ ਇਸ਼ੂ ਅੱਜ ਪੰਜਾਬ ਦਾ ਇਸ ਗੱਲ ਨਾਲ ਅਸੈਂਬਲੀ 'ਚ ਜਿੰਨੇ ਮਰਜ਼ੀ ਇਹਨਾਂ ਦੇ ਮਤਭੇਦ ਨੇ ਚਾਹੇ ਆਪ ਵਾਲਿਆਂ ਨੇ ਧਰਨਾ ਮਾਰ ਲਿਆ ਚਾਹੇ ਉੱਥੇ ਮਜੀਠੀਆ ਸਾਹਿਬ ਨੇ ਕੁਛ ਕਿਹਾ ਅਕਾਲੀ ਦਲ ਨੇ ਕੁਛ ਕਿਹਾ ਇਹਨਾਂ ਸਾਰੀਆਂ ਪਾਰਟੀਆਂ ਨੇ ਇੱਕ ਗੱਲ ਦਿਖਾਈ ਹੈ ਵੀ ਜੇ ਕੇਂਦਰ ਪੰਜਾਬ ਨਾਲ ਧੱਕਾ ਕਰੂਗਾ ਤਾਂ ਅਸੀਂ ਲੜਾਂਗੇ। ਪਾਰਟੀ ਦਾ ਤਾਂ ਅਬਜੀ ਤਾਂ ਅਗਲਿਆਂ ਨੇ ਰੱਖਣਾ ਹੀ ਹੈ ਇਹ ਕੌਣ ਕਹੂਗਾ ਵੀ ਕੈਪਟਨ ਸਾਹਿਬ ਨੂੰ ਕਹਿ ਦੇਣ ਵੀ ਜਨਾਬ ਤੁਸੀਂ ਸਾਰੇ ਠੀਕ ਹੋ ਅਸੀਂ ਸਾਰੇ ਗਲਤ ਹਾਂ ਜਾਂ ਆਪ ਵਾਲਿਆਂ ਨੂੰ ਕਹਿ ਦੇਣ ਜਾਂ ਅਕਾਲੀ ਦਲ ਨੂੰ ਕਹਿ ਦੇਣ ਈਵਨ 2 ਨੇ ਲੋਕ ਇਨਸਾਫ਼ ਪਾਰਟੀ ਦੇ ਉਹ ਵੀ ਕਿਉਂ ਕਹਿਣਗੇ। ਸੋ ਇਸ਼ੂ ਇਹ ਹੈ ਕਿ ਅੱਜ ਪੰਜਾਬ ਦੀਆਂ ਪਾਰਟੀਆਂ ਨੇ ਪੰਜਾਬ ਦੀ ਇੱਜ਼ਤ ਰੱਖੀ ਹੈ ਕੇਂਦਰ ਦੇ ਖਿਲਾਫ਼ ਅੱਜ ਤੱਕ ਪਿਛਲੇ 30 ਸਾਲ 'ਚ ਕੋਈ ਬੋਲਿਆ ਨਹੀਂ ਕੇਂਦਰ ਜੀ ਨੇ ਜੋ ਕੁਛ ਕਰ ਰਿਹਾ ਸੋ ਇੱਕ ਪੋਜ਼ਿਟਿਵ ਗੱਲ ਹੈ ਔਰ ਇਹ ਅਕਾਲੀ ਦਲ ਨੇ ਵੀ ਕਰੀ ਹੈ ਉਹਨਾਂ ਨੇ ਵੀ ਛੱਡੀ ਹੈ ਵਜ਼ੀਰੀ ਉਹਨਾਂ ਨੇ NDA ਵੀ ਛੱਡੀ ਹੈ ਕਿ ਇਹਨਾਂ ਨੇ ਵੀ ਛੱਡੀ ਹੈ ਹਾਲਾਂਕਿ ਉਹਨਾਂ ਨੂੰ ਛੱਡਣਾ ਮਹਿੰਗਾ ਪੈ ਸਕਦਾ ਸੀ ਕਿਉਂਕਿ ਉਹਨਾਂ ਦੇ ਤਾਂ ਪੈਰਲਲ ਖੜੇ ਨੇ ਕਾਂਗਰਸ ਦੇ ਤਾਂ ਕੋਈ ਇੱਦਾਂ ਦੀ ਪੈਰਲਲ ਗੱਲ ਨਹੀਂ ਹੈ ਆਪਾਂ ਇਸ 'ਚ ਵੀ ਨਾ ਜਾਈਏ। ਸੋ ਇਸ ਕਰਕੇ ਇਹ ਘਟਾ ਕੇ ਨਹੀਂ ਦੇਖਣੀਆਂ ਚਾਹੀਦੀਆਂ ਦੋਨੇ ਚੀਜ਼ਾਂ ਜਿਹੜੀਆਂ ਹੋਈਆਂ ਨੇ ਜਿਹੜੀਆਂ ਆਪ ਵਾਲਿਆਂ ਨੇ ਲੋਕ ਇਨਸਾਫ਼ ਪਾਰਟੀ ਨੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਕਾਂਗਰਸ ਦਾ ਸਪੋਰਟ ਕਰਿਆ ਕਾਂਗਰਸ ਦਾ ਇਹ ਕਹਿਣਾ ਗੱਲ ਠੀਕ ਹੈ ਜੇ ਅਸਤੀਫਾ ਦੇਣਾ ਪਊਗਾ ਜਾਂ ਸਰਕਾਰ ਟੁੱਟੇਗੀ ਉਹਦੇ ਵਿੱਚ ਤਾਂ ਕਾਂਗਰਸ ਦੀ ਸਰਕਾਰ ਹੈ ਨਾ ਟੁੱਟੇਗੀ ਤਾਂ ਉਹੀ ਇਸ ਕਰਕੇ ਉਹ ਮੁੱਖ ਮੰਤਰੀ ਕਹੇਗਾ ਕਿ ਕੋਈ ਗੱਲ ਨਹੀਂ ਜੀ ਚਾਹੇ ਸਾਨੂੰ ਅਸਤੀਫਾ ਦੇਣਾ ਪੈ ਜੇ ਅਤੇ ਤੁਸੀਂ ਸਰਕਾਰ ਤੋੜਨ ਦੀ ਲੋੜ ਹੀ ਨਹੀਂ ਅਸੀਂ ਆਪ ਹੀ ਅਸਤੀਫਾ ਦੇ ਦਾਂਗੇ ਇਹ ਕਹਿਣ ਦਾ ਮਤਲਬ ਇਹ ਹੈਗਾ ਉਹਨਾਂ ਦਾ ਉਹਨੂੰ ਵੀ ਇਹ ਉਹਨਾਂ ਨੂੰ ਵੀ ਇਹ ਰਾਈਟ ਹੈ ਕੈਪਟਨ ਸਾਹਿਬ ਨੂੰ ਪਰ ਸਵਾਲ ਇਹ ਹੈ ਕਿ ਪੰਜਾਬ ਦੀ ਅਸੈਂਬਲੀ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਦੱਸਤਾ ਕੇਂਦਰ ਨੂੰ ਬਿਲ ਬਿਨਾਂ 'ਚ ਮੈਂ ਅਜੇ ਜਾ ਨਹੀਂ ਰਿਹਾ ਉਹ ਕੀ ਨੇ ਚੰਗੇ ਇਹ ਤਾਂ ਕਹਿਤਾ ਨਾ ਵੀ ਜੇ ਤੁਸੀਂ ਬਣਾਓਗੇ ਅਸੀਂ ਤੁਹਾਡਾ ਵਿਰੋਧ ਕਰਾਂਗੇ ਥੋੜ੍ਹਾ ਹੋ ਗਿਆ ਉਹ ਬਹੁਤਾ ਹੋ ਗਿਆ ਉਹ ਗਾਹਾਂ ਰਾਸ਼ਟਰਪਤੀ ਸਾਹਿਬ ਤੋਂ ਪਾਸ ਹੁੰਦਾ ਨਹੀਂ ਹੁੰਦਾ ਉਹ 254 ਦੇ ਅੰਡਰ ਆਇਆ ਨਹੀਂ ਆਇਆ ਵੈਸੇ ਮੈਂ ਤੁਹਾਡੀ ਇੱਕ ਸੂਚਨਾ ਵਾਸਤੇ ਦਰਸ਼ਕਾਂ ਦੀ ਸੂਚਨਾ ਵਾਸਤੇ ਦੱਸ ਸਕਦਾ ਔਰਗਨ ਟਰਾਂਸਪਲਾਂਟ ਐਕਟ ਹੈ ਉਹ ਵੀ ਭਾਰਤ ਸਰਕਾਰ ਦਾ ਹੈ ਮੈਂ ਇੱਕ ਹਾਈ ਕੋਰਟ 'ਚ ਕੇਸ ਸੀਗਾ ਲਕਸ਼ਮੀਕਾਂਤ ਚਾਵਲਾ ਜੀ ਨੇ ਪਾਇਆ ਸੀ ਉਹਦੇ ਸੰਬੰਧ 'ਚ ਮੈਂ ਦੇਖਿਆ ਉਹ ਅਸੈਂਬਲੀ ਨੇ ਆਪ ਪਾਸ ਕਰਕੇ ਉਹ 'ਚ ਅਮੈਂਡਮੈਂਟਸ ਕਰੀਆਂ ਹੋਈਆਂ ਨੇ ਇੱਦਾਂ ਹੀ ਆਹ ਜਿਹੜਾ ਹੈਗਾ ਹੈਲਥ ਦਾ ਐਕਟ CEA ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਇਹ ਸੈਂਟਰ ਦਾ ਐਕਟ ਹੈ ਪੰਜਾਬ ਨੇ ਕਿਹਾ ਅਕਾਲੀ ਦਲ ਦੀ ਸਰਕਾਰ ਸੀ ਕਿ ਅਸੀਂ ਇਹਨੂੰ ਨਹੀਂ ਲਾਗੂ ਕਰਦੇ ਅਸੀਂ ਆਪਦਾ ਬਣਾਵਾਂਗੇ। ਮੇਰਾ ਅਗਲਾ ਸਵਾਲ ਹੈ ਫਿਰ ਡਾਟਾ ਕਰ ਮੇਰਾ ਅਗਲਾ ਸਵਾਲ ਹੈ ਇਹਦਾ ਮਤਲਬ ਅਸੀਂ ਇਹ ਮੰਨ ਕੇ ਡਾਟਾ ਕਰ ਮੈਂ ਤੁਹਾਡੇ ਸਵਾਲ ਨੂੰ ਅੱਗੇ ਵਧਾ ਰਿਹਾ ਸਰ ਤੁਹਾਡੇ ਸਵਾਲ ਨੂੰ ਅੱਗੇ ਵਧਾ ਰਿਹਾ ਇਹਦਾ ਮਤਲਬ ਮੰਨ ਕੇ ਚੱਲੀਏ ਕਿ ਰਾਸ਼ਟਰਪਤੀ ਕੋਲੋਂ ਇਹਨਾਂ ਸੋਧ ਬਿੱਲਾਂ ਨੂੰ ਮਨਜ਼ੂਰੀ ਮਿਲ ਸਕਦੀ ਹੈ? ਯੈਸ ਮਿਲੇਗੀ। ਦੇਖੋ ਜਿੱਥੋਂ ਤੱਕ ਸਵਾਲ ਹੈ ਵੀ ਜੇ ਤਾਂ ਇਹ ਮਿਲਣੀ ਤਾਂ ਹੈ ਜੇ ਉਹ ਕੈਬਨਿਟ ਕਹੇਗੀ
ਜਿਹੜੀ ਕੇਂਦਰ ਦੀ ਕੈਬਨਿਟ ਹੈ ਉਹ ਕਿੰਨਾ ਇਸ ਦੇ ਉੱਤੇ ਸੀਰੀਅਸਨੈਸ ਲੈਂਦੀ ਹੈ ਕਿ ਅੰਦੋਲਨ ਦਾ ਕੀ ਹੋਊਗਾ, ਕੀ ਉਹ ਪੰਜਾਬ ਹਰਿਆਣਾ ਵਗੈਰਾ ਨੂੰ ਵੀ ਚਲੋ ਛੱਡੋ ਆਪਾਂ ਨੇ ਕਿਹਨਾਂ ਨੇ ਸੀਟਾਂ ਦੇ ਹਿਸਾਬ ਨਾਲ ਗਿਣਦੀ ਹੈ, ਜਾਂ ਪੰਜਾਬ ਨੂੰ ਵੀ ਖੜਕ ਪੁਜਾ ਦੇਸ਼ ਦੀ, ਇਹਨੇ ਆਰਮੀ 'ਚ ਵੀ ਬੰਦੇ ਦਿੱਤੇ ਨੇ, ਆਰਮੀ 'ਚ ਵੀ ਇਹ ਨੇ, ਇਹ ਪਾਕਿਸਤਾਨ ਦੇ ਨਾਲ ਵੀ ਇਹਨਾਂ ਦੀ ਬਾਰਡਰ ਲੜਦੀ ਹੈ, ਅੱਜ ਤੱਕ ਇਹਨਾਂ ਨੇ ਪੰਜਾਬ ਨੂੰ ਮੁਲਕ ਨੂੰ ਬਚਾਇਆ, ਜੇ ਇਸ ਤਰ੍ਹਾਂ ਸੋਚਣਗੇ ਫਿਰ ਮਿਲ ਵੀ ਸਕਦੀ ਹੈ। ਮੈਨੂੰ ਇਸ ਆਰਗੂਮੈਂਟ 'ਤੇ ਦਮ ਲੱਗਦਾ ਤੁਹਾਡੇ ਡਟ ਕਰ, ਕਿ ਨਜ਼ਰੀਆ ਕਿਹੜਾ ਸੋਚਣ ਦਾ, ਉਸ ਨਜ਼ਰੀਏ ਦੇ ਆਧਾਰ 'ਤੇ ਫੈਸਲਾ ਕੀਤਾ ਜਾ ਸਕਦਾ। ਇਕਬਾਲ ਸਿੰਘ, ਇਕਬਾਲ ਸਿੰਘ, ਤੁਸੀਂ ਵਾਰ ਵਾਰ ਜਿਹੜਾ MSP ਵਾਲਾ ਸਵਾਲ ਚੁੱਕਦੇ ਪਏ ਹੋ, ਇਕਬਾਲ ਸਿੰਘ, ਇਉਂ ਲੱਗਦਾ ਪਿਆ ਕਿ ਤੁਸੀਂ MSP ਵਾਲਾ ਸਵਾਲ ਚੁੱਕ ਕੇ ਇਹ ਦਿਖਾਉਣ ਦੀ ਕੋਸ਼ਿਸ਼ ਵਿੱਚ ਹੋ ਕਿ ਅਸੀਂ ਕਿਸਾਨਾਂ ਦੇ ਜ਼ਿਆਦਾ ਹਿਤੈਸ਼ੀ ਹਾਂ। ਮੈਨੂੰ ਇਹ ਲੱਗਦਾ ਕਿ ਤੁਸੀਂ ਇਹ ਚਰਚਾ ਚਾਹੁੰਦੇ ਹੋ ਪੂਰੇ ਪੰਜਾਬ ਦੇ ਵਿੱਚ ਕਿ 2022 ਦੇ ਬਾਰੇ ਗੱਲ ਕੀਤੀ ਜਾਵੇ, ਕਿਸਾਨੀ ਦੀ ਗੱਲ ਨਾ ਹੋਵੇ। ਇਕਬਾਲ ਸਿੰਘ, ਨਹੀਂ ਨਹੀਂ ਏਦਾਂ ਨਹੀਂ ਹੁੰਦਾ ਹੈ ਜੀ। ਦੇਖੋ, ਕੋਈ ਵੀ ਸਰਕਾਰ ਆ ਉਹਨੂੰ ਬੜੀ ਜ਼ਿੰਮੇਵਾਰੀ ਨਾਲ ਜੋ ਵੀ ਫੈਸਲੇ ਲੈਣੇ, ਬਹੁਤ ਵਧੀਆ ਫੈਸਲੇ ਲੈਣੇ ਚਾਹੀਦੇ, ਸਾਰਿਆਂ ਦੀ ਸਲਾਹ 'ਚ ਲੈਣੇ ਚਾਹੀਦੇ। ਇਹ ਨਹੀਂ ਹੈ ਵੀ ਕਾਪੀਆਂ ਲੁਕੋ ਕੇ ਤੁਸੀਂ ਆਪ ਆਪਣੇ ਫੈਸਲੇ ਨੂੰ ਕਹੋ ਵੀ ਸਾਡਾ ਸਮਰਥਨ ਕਰੋ, ਏਦਾਂ ਨਹੀਂ ਹੁੰਦਾ ਹੁੰਦਾ। ਜੇ ਰਾਏ ਲੈਣੀ ਹੈ ਤਾਂ ਬਿੱਲ ਤੋਂ ਪਹਿਲਾਂ ਵੀ ਸਾਡੀ ਰਾਏ ਲੈਣੀ ਚਾਹੀਦੀ ਸੀਗੀ MSP ਦਾ। ਤਾਂ ਅਸੀਂ ਤਾਂ ਕਹਿ ਰਹੇ ਹਾਂ MSP ਦਾ ਪਹਿਲਾਂ ਮੈਨੂੰ ਦੱਸ ਦੇਣ, ਕਿੰਗਰਾ ਸਾਹਿਬ ਬੈਠੇ ਵੀ MSP ਦਾ ਕੋਈ ਕਾਨੂੰਨ ਹੈ ਜਿਹਨੂੰ ਅਸੀਂ ਰੱਦ ਕਰ ਸਕਦੇ ਹਾਂ, ਕੋਈ ਸਜ਼ਾ ਦੇ ਸਕਦੇ ਹਾਂ? ਪਹਿਲਾਂ ਤਾਂ ਸੈਂਟਰ ਨੇ ਕੋਈ ਕਾਨੂੰਨ ਨਹੀਂ, ਤਾਂ ਕੈਬਨਿਟ ਦਾ ਫੈਸਲਾ ਹੁੰਦਾ MSP ਤੈਅ ਕਰਨਾ, ਉਹ ਕਾਨੂੰਨ ਨਹੀਂ ਹੈਗਾ। ਇਸ ਕਰਕੇ ਦੂਜੀ ਗੱਲ ਹੈਗੀ ਵੀ ਜੇ ਅਸੀਂ ਆਪ ਸਕਸ਼ਮ ਹੋ ਜਾਵਾਂਗੇ ਫਸਲਾਂ ਖਰੀਦਣ ਦੇ, ਤਾਂ ਸਾਨੂੰ ਸੈਂਟਰ ਨੂੰ ਰਹਿ ਕੇ ਗੜੀਆਂ ਕੱਢਣ ਦੀ ਲੋੜ ਨਹੀਂ ਹੈ। ਦਿੱਲੀ ਸਰਕਾਰ ਨੇ 30,000 ਤੋਂ 60,000 ਕਰੋੜ ਬਜਟ ਕੀਤਾ 5 ਸਾਲਾਂ 'ਚ, ਡਬਲ ਕਰਤਾ। ਇੱਥੇ 1.5 ਲੱਖ ਤੋਂ 3 ਲੱਖ ਨਹੀਂ ਹੋ ਸਕਦਾ? ਵਿੱਚੋਂ 60,000 ਕਰੋੜ ਰੁਪਇਆ ਅਸੀਂ ਕਿਸਾਨੀ ਵਾਸਤੇ ਨਹੀਂ ਕੱਢ ਸਕਦੇ, ਖਰੀਦਣ ਵਾਸਤੇ? ਸੈਂਟਰ ਅੱਗੇ ਕਿਉਂ ਝੋਲੀਆਂ ਅੱਡੀ ਜਾਂਦੇ ਸੀ? ਆਪਣੀ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਅਸੀਂ ਤਗੜਾ ਕਰਦੇ ਹੈਗੇ? ਇਕਬਾਲ ਸਿੰਘ, ਸਰਕਾਰ ਭਖਾਰੀ ਹੈਗੀ। ਇਕਬਾਲ ਸਿੰਘ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਉਹਦਾ ਬਜਟ ਵਧਾ ਸਕਦੀ ਹੈ, ਇਨਕਮ ਵਧਾ ਸਕਦੀ ਹੈ, ਮਾਲੀਆ ਵਧਾ ਸਕਦੀ ਹੈ। ਮੈਂ ਤੁਹਾਡੇ ਨਾਲ ਖੜਾ ਇਕਬਾਲ ਸਿੰਘ, ਇਹਨਾਂ ਦਾ ਜਿਹੜਾ ਮਾਫੀਆ ਰਾਜ ਹੈ ਉਸਨੂੰ ਖਤਮ ਕਰਨਾ ਪਊਗਾ। ਪਰ ਇਕਬਾਲ ਸਿੰਘ, ਦਿੱਲੀ ਦੇ ਮਾਡਲ ਨੂੰ ਜਾਂ ਦਿੱਲੀ ਦੇ ਇਕਨੋਮਿਕ ਮਾਡਲ ਨੂੰ ਪੰਜਾਬ ਦੇ ਇਕਨੋਮਿਕ ਮਾਡਲ ਨਾਲ ਅਸੀਂ ਤੁਲਨਾ ਨਹੀਂ ਕਰ ਸਕਦੇ, ਨਾ ਪੰਜਾਬ ਦੀ ਕਿਸਾਨੀ ਨੂੰ ਦਿੱਲੀ ਦੀ ਕਿਸਾਨੀ ਨਾਲ ਤੁਲਨਾ ਕਰ ਸਕਦੇ ਹਾਂ। ਇਕਬਾਲ ਸਿੰਘ, ਆਪਾਂ ਨੂੰ ਇਸ ਮਾਡਲ ਤੋਂ ਹੀ ਬਾਹਰ ਨਿਕਲਣਾ ਪਊਗਾ। ਇਕਬਾਲ ਸਿੰਘ, ਨਹੀਂ ਕਰ ਸਕਦੇ ਆਪਾਂ ਤੁਲਨਾ, ਆਪਾਂ ਗਲਤ ਤੁਲਨਾ ਕਰਦੇ ਪਏ ਹਾਂ। ਨਾਲੋਂ ਵਧੀਆ ਮਾਡਲ ਹੋਊਗਾ, ਉੱਥੇ ਸਾਡੇ ਕੋਲ ਬੋਰਡ ਨਹੀਂ ਹੈ ਕਮਾਉਣ ਨੂੰ, ਇੱਥੇ ਮਾਰਕ ਫੈਡ ਹੈ, ਮਿਲਕ ਫੈਡ ਹੈ, ਸ਼ੂਗਰ ਫੈਡ ਹੈ, ਹੋਰ ਸਾਡੇ ਗਵਾਡਾ ਪੁੱਡਾ ਸਾਰਾ ਸਾਡੇ ਕੋਲ ਹੈਗਾ, ਇੱਥੇ ਤਾਂ ਕਮਾਈਓ ਕਮਾਈ ਹੈ। ਨਹੀਂ, ਮੈਂ ਇਸ ਗੱਲ ਨਾਲ ਇਤਫਾਕ ਰੱਖਦਾ ਇਕਬਾਲ ਸਿੰਘ, ਮੈਂ ਇਸ ਗੱਲ ਨਾਲ ਇਤਫਾਕ ਰੱਖਦਾ ਹਾਂ। ਉੱਥੇ ਸਿਰਫ ਟੈਕਸ ਦਾ ਪੈਸਾ ਸਾਡੇ ਕੋਲ, ਇਸ ਕਰਕੇ ਇਹ ਸਭ ਖਾ ਜਾਂਦੇ ਹੈਗੇ। ਇਸ ਕਰਕੇ ਜਿੱਦਣ ਸਰਕਾਰ ਆ ਜਾਏ, ਉੱਥੇ ਪੁਲਿਸ ਵੀ ਹੈ ਨਹੀਂ ਨਾ ਕੋਲ, ਪੁਲਿਸ ਵੀ ਹੈਗੀ। ਇਸ ਕਰਕੇ ਇਹ ਕਰਨਾ ਨਹੀਂ ਚਾਹੁੰਦੇ ਹੈਗੇ, ਸਭ ਕੁਝ ਹੋ ਸਕਦਾ ਕੇ ਪੀ ਸਿੰਘ ਜੀ, ਬਹੁਤ ਕੁਝ ਹੋ ਸਕਦਾ, ਸਾਨੂੰ ਤਾਂ ਆ ਕੇ ਹੁਣ ਪਤਾ ਲੱਗਿਆ। ਨਹੀਂ, ਠੀਕ ਹੈ ਇਕਬਾਲ ਸਿੰਘ, ਪਰ ਪੰਜਾਬ ਦੇ ਉੱਤੇ, ਇਕਬਾਲ ਸਿੰਘ ਠੀਕ ਹੈ ਤੁਹਾਡੀ ਗੱਲ, ਪਰ ਪੰਜਾਬ ਦੇ ਉੱਤੇ ਦਿੱਲੀ ਮਾਡਲ ਨਹੀਂ ਕੰਮ ਕਰ ਸਕਦਾ ਸਰ। ਇਕਬਾਲ ਸਿੰਘ, ਨਹੀਂ ਨਹੀਂ ਕੰਮ ਕਰ ਸਕਦਾ, ਮੈਂ ਬਹੁਤ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ। ਅਰਸ਼ਦੀਪ ਕਲੇਰ, ਤੁਸੀਂ ਵਾਰ ਵਾਰ ਕਹਿ ਰਹੇ ਹੋ ਅਸ਼ਿਓਰਡ ਹੋਣੀ ਚਾਹੀਦੀ ਹੈ, MSP ਅਸ਼ਿਓਰਡ ਹੋਣੀ ਚਾਹੀਦੀ ਹੈ, ਦੇਸ਼ ਦੇ ਕਿਸੇ ਸੂਬੇ ਵਿੱਚ ਹੈ? ਅਰਸ਼ਦੀਪ ਕਲੇਰ, KP ਜੀ, ਪਹਿਲੀ ਗੱਲ ਤਾਂ ਆਪਾਂ ਜੇ ਗੱਲ ਕਰੀਏ, MSP ਹੈ ਹੀ 2 ਸੂਬਿਆਂ ਦੇ ਵਿੱਚ, ਪੰਜਾਬ ਤੇ ਹਰਿਆਣੇ ਦੇ ਵਿੱਚ। ਸਰ ਨਹੀਂ, ਆਪਾਂ ਗਲਤ ਕਹਿ ਰਹੇ ਹਾਂ, ਚਾਹੇ ਪਰਸੈਂਟੇਜ ਉਹਦੀ ਘੱਟ ਹੈ, ਪਰ ਬਹੁਤ ਸੂਬਿਆਂ ਦੇ ਵਿੱਚ MSP ਤੇ ਫਸਲਾਂ ਵੇਖਦੀਆਂ ਪਈਆਂ, ਉਹਨਾਂ ਦੀ ਤਾਦਾਦ ਘੱਟ ਹੈ, 23-24 ਫਸਲਾਂ ਤੇ ਨਹੀਂ, 9-10 ਤੇ ਤਾਂ ਹੈਗੀ ਹੈ। ਅਰਸ਼ਦੀਪ ਕਲੇਰ, ਆਪਾਂ ਇਹ ਆਰਗੂਮੈਂਟ ਦੇ ਕੇ, ਸਰ ਆਪਾਂ ਗਲਤ ਟਿੱਪਣੀਆਂ ਕਰਦੇ ਹਾਂ, ਪਲੀਜ਼ ਆਪਾਂ ਬਚੀਏ ਨਾ। ਮੋਟੇ ਤੌਰ ਤੇ ਪੰਜਾਬ ਤੇ ਹਰਿਆਣਾ ਜਿਹੜੇ 2 ਸੂਬੇ ਨੇ, ਇਹਨਾਂ ਦੇ ਵਿੱਚ ਕੈਸ਼ ਕ੍ਰੈਡਿਟ ਲਿਮਿਟ ਹਿੰਦੁਸਤਾਨ ਸਰਕਾਰ ਦੀ ਉਹਦੀ ਜਿਹੜੀ ਉਹ ਵੱਧ ਹੈ ਬਾਕੀ ਸੂਬਿਆਂ ਦੇ। ਠੀਕ ਹੈ, ਚਲੋ ਠੀਕ ਹੈ, ਹਾਂ ਬਿਲਕੁਲ ਠੀਕ ਹੈ। ਇੱਕ ਮਿੰਟ, ਮੈਂ ਗੱਲ ਕਹਿਣਾ। KP ਜੀ, ਮੇਰੀ ਗੱਲ ਸੁਣੋ, ਇਹ ਮੈਂ ਫੇਰ ਦੁਬਾਰਾ ਉੱਥੇ ਆਉਣਾ ਕਿ ਬਿੱਲ ਜਿਹੜੇ ਆਏ ਨੇ, ਇਹ ਬੜਾ ਇੱਕ ਟਿੱਪਣੀ ਦਾ ਵਿਸ਼ਾ ਕਿ ਜੀ ਰਾਸ਼ਟਰਪਤੀ ਸਾਹਿਬ ਸਾਈਨ ਕਰਨਗੇ ਨਹੀਂ ਕਰਨਗੇ। ਗੱਲ ਇਹ ਹੈਗੀ ਹੈ ਕਿ ਜਦੋਂ ਅੱਜ ਪੰਜਾਬ ਨੇ ਕੁਛ ਬਣਾਇਆ ਸੀ, ਤਾਂ ਪੰਜਾਬ ਜਦੋਂ ਆਪਾਂ ਬਣਾਉਣ ਤੇ ਆ ਗਿਆ, ਜੇ ਕਲਮ ਆਪਣੀ ਸੀਗੀ, ਜੇ ਆਪਣੀ ਕਲਮ ਸੀਗੀ ਤਾਂ ਉਹ ਚੀਜ਼ਾਂ ਵਿੱਚ ਕਿਉਂ ਨਹੀਂ ਪਾਈਆਂ ਗਈਆਂ? ਜੇ ਪਾਸ ਹੋਣ ਨਾ ਹੋਣ ਉਹ ਬਾਅਦ ਦੀ ਗੱਲ ਹੈ, ਪੰਜਾਬ ਨੇ ਕੋਈ ਡਰਾਫਟ ਕਰਨਾ ਸੀ ਤਾਂ ਪੰਜਾਬ ਨੇ ਇਹਦੇ ਵਿੱਚ ਕਿਉਂ ਬਾਕੀ ਫਸਲਾਂ ਛੱਡੀਆਂ, ਕਿਉਂ 2 ਤੇ ਕੇਂਦਰਿਤ ਹੋਏ? ਪੰਜਾਬ ਨੇ ਇਹਦੇ ਵਿੱਚ ਉਹ ਪ੍ਰੋਵੀਜ਼ਨ ਕਿਉਂ ਨਹੀਂ ਰੱਖਿਆ ਕਿ ਜੀ ਪ੍ਰਾਈਵੇਟ ਪਲੇਅਰ ਨਹੀਂ ਖਰੀਦਦਾ, ਸਰਕਾਰ ਕੋਈ MSP ਤੋਂ ਨੀਚੇ ਨਹੀਂ ਖਰੀਦ ਸਕਦਾ ਜਿਹੜੀ ਫਸਲ? ਇੱਕ ਮਿੰਟ ਕਲੀਅਰ ਸਰ, ਜਿਹੜਾ ਸੋਧ ਬਿੱਲ ਹੁੰਦਾ ਸਰ, ਸੋਧ ਬਿੱਲ ਦੇ ਵਿੱਚ ਆਪਾਂ ਉਹੀ ਚੀਜ਼ਾਂ ਅਮੈਂਡ ਕਰ ਸਕਦੇ ਜੋ ਸੈਂਟਰ ਦੇ ਵੱਲੋਂ ਪਹਿਲਾਂ ਲਿਖੀਆਂ ਗਈਆਂ। ਅਸੀਂ 2 ਫਸਲਾਂ ਤੋਂ 24 ਫਸਲਾਂ ਤੇ ਕਿਵੇਂ ਜਾ ਸਕਦੇ ਸੀਗੇ? ਅਰਸ਼ਦੀਪ ਕਲੀਅਰ, ਕਾਨੂੰਨੀ ਮਾਨਤਾ ਮਿਲ ਸਕਦੀ ਇਹਨੂੰ? ਮੈਨੂੰ ਇਹ ਦੱਸੋ ਜੀ, ਸੈਂਟਰ ਨੇ ਕਿਤੇ 2 ਫਸਲਾਂ ਲਿਖੀਆਂ ਸੀ ਸੈਂਟਰ ਦੇ ਬਿੱਲ 'ਚ? ਕਿਤੇ ਲਿਖੀਆਂ ਹੋਈਆਂ ਸੀ 2 ਫਸਲਾਂ? ਸੋ ਇਹ KP ਜੀ ਬਿਲਕੁਲ ਹੀ ਪੰਜਾਬ ਸਰਕਾਰ ਨੇ ਇੱਕ ਨਵੇਕਲਾ ਹੀ
ਕੰਮ ਕਰਤਾ ਔਰ ਆਪਣਾ ਜਿਹੜਾ ਐਮ ਐਸ ਪੀ ਦਾ ਇੱਕ ਸਟੈਂਡ ਹੈ ਪੰਜਾਬ ਸਰਕਾਰ ਨੇ ਉਹਨੂੰ ਬਹੁਤ ਵੱਡੀ ਸੱਟ ਮਾਰੀ ਹੈ, ਮੰਨੋ ਨਾ ਮੰਨੋ ਉਹਨੂੰ ਸੱਟ ਮਾਰੀ, ਔਰ ਬਾਕੀ ਫਸਲਾਂ ਨੂੰ ਇਹਨਾਂ ਨੇ ਆਪ ਹੀ ਮੰਨ ਲਿਆ ਕਿ ਜੀ ਐਮ ਐਸ ਪੀ ਸਿਰਫ ਦੋ ਤੇ ਹੈ ਬਾਕੀ ਫਸਲਾਂ। ਦੇਖੋ ਮੈਂ ਇਹ ਗੱਲ ਜ਼ਰੂਰ ਮੰਨਦਾ ਕਿ ਬਾਕੀ ਫਸਲਾਂ ਤੇ ਐਮ ਐਸ ਪੀ ਨਹੀਂ ਮਿਲ ਰਹੀ ਸੀ, ਪਰ ਐਂ ਕਹਿ ਦੇਣਾ ਕਿ ਜੀ ਐਮ ਐਸ ਪੀ ਸਿਰਫ ਦੋ ਫਸਲਾਂ ਤੇ, ਇਟ ਮੀਨਸ ਤੁਸੀਂ ਖੁੱਲੀ ਲੁੱਟ ਨੂੰ ਪ੍ਰਵਾਨਗੀ ਦਿੱਤੀ ਕਿ ਬਾਕੀ ਫਸਲਾਂ ਜਿੱਦਾਂ ਮਰਜ਼ੀ ਕੋਈ ਖਰੀਦੇ, ਪੰਜਾਬ ਸਰਕਾਰ ਨੂੰ ਕੋਈ ਫਰਕ ਨਹੀਂ। ਠੀਕ ਹੈ, ਠੀਕ ਹੈ, ਚਲੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆਊਂਗਾ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਪਾਣੀਆਂ ਵਾਲੇ ਬਿੱਲ ਲਿਆਉਂਦੇ ਸੀਗੇ ਉਦੋਂ ਵੀ ਇਹ ਮਸਲੇ ਉੱਠੇ ਸੀਗੇ, ਪਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚਲੀ ਜਾਂਦੀ ਹੈ, ਹੁਣ ਕਿਸਾਨਾਂ ਦਾ ਮੁੱਦਾ ਉੱਠਿਆ, ਉਦੋਂ ਅਕਾਲੀ ਦਲ ਨੇ ਵੀ ਬੜੇ ਪ੍ਰੋਮਿਸ ਕੀਤੇ ਸੀ ਕਿ ਉਹਨਾਂ ਨੇ ਪੂਰੇ ਕੀਤੇ ਹੈ। ਸਾਰੇ ਇਸ ਨੂੰ ਸਿਆਸੀ ਚਸ਼ਮੇ ਨਾਲ ਦੇਖਦੇ ਆ, ਜੇ ਉਹ ਆਪ ਹੁੰਦੇ ਆ ਤਾਂ ਕੀ ਕਰਦੇ, ਜੋ ਵਿਰੋਧ ਵਿੱਚ ਹੁੰਦੇ ਆ ਕੀ ਕਰਦੇ ਆ, ਇਹ ਸਵਾਲ ਆਪਣੇ ਵਿੱਚ ਵੱਡਾ, ਇਸ ਲਈ ਹਰ ਸਵਾਲ ਮੈਂ ਲਊਂਗਾ। ਚਲੋ ਵਾਪਸ ਆ ਰਿਹਾ, ਬੜਾ ਸਵਾਲ ਸੀ, ਇਹ ਪੁੱਛ ਰਿਹਾ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕੈਪਟਨ ਦੀ ਸੋਧ ਬਿੱਲਾਂ ਦਾ ਸੱਚ ਕੀ ਹੈ। ਅਰਸ਼ਦੀਪ ਕਲੇਅਰ, ਜਦੋਂ ਪਾਣੀਆਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਆਪ ਨੂੰ ਘੁਆਇਆ ਸੀਗਾ, ਉਸ ਤੋਂ ਬਾਅਦ ਹੀ ਬੜੇ ਬਵਾਲ ਮੱਚੇ ਸੀ, ਬੜੇ ਸਵਾਲ ਉੱਠੇ ਸੀਗੇ। ਤੁਸੀਂ ਧਾਰਾ 5 ਤੇ ਸਰ ਸਵਾਲ ਚੁੱਕੇ ਸੀ ਉਦੋਂ ਵੀ, ਤੁਸੀਂ 10 ਸਾਲਾਂ ਵਿੱਚ ਧਾਰਾ 5 ਦਾ ਸਰ ਕੀ ਕੀਤਾ? ਅਰਸ਼ਦੀਪ ਕਲੇਅਰ, ਕੇਪੀ ਜੀ, ਅਗਰ ਤੁਸੀਂ ਇਹ ਗੱਲ ਦੇਖੋ ਕਿ ਇਸ ਵਾਈਲ ਦੇ ਉੱਤੇ ਅਗਰ ਕਿਸੇ ਨੇ ਜ਼ਮੀਨਾਂ ਵਾਪਸ ਕੀਤੀਆਂ ਤਾਂ ਵੀ ਬਾਦਲ ਸਾਹਿਬ ਦੀ ਸਰਕਾਰ ਨੇ ਵਾਪਸ। ਸਰ ਮੈਂ ਸਵਾਲ ਕੁਝ ਹੋਰ ਕੀਤਾ ਅਰਸ਼ਦੀਪ ਕਲੇਅਰ, ਸਰ ਮੈਂ ਸਵਾਲ ਹੋਰ ਕੀਤਾ ਅਰਸ਼ਦੀਪ ਕਲੇਅਰ, ਇੱਕ ਮਿੰਟ, ਜਿਹੜਾ ਤੁਸੀਂ ਜ਼ਮੀਨਾਂ ਵਾਲਾ ਵਾਪਸੀ ਗੱਲ ਕਰਦੇ ਪਏ ਹੋ ਸਰ, ਹਜੇ ਤੱਕ ਸਰ ਕਈ ਕਿਸਾਨਾਂ ਨੂੰ ਮਿਲ ਕੇ ਦੇਖ ਲਿਓ, ਅਰਸ਼ਦੀਪ ਕਲੇਅਰ ਚਲੇ ਜਾਈਏ ਉਹਨਾਂ ਕੋਲ, ਤੁਸੀਂ ਕੈਂਪ ਲਾਏ ਸੀ ਉਹਨਾਂ ਕੋਲ, ਇੰਤਕਾਲ ਉਹਨਾਂ ਦਾ ਹੋਇਆ ਕਿ ਨਹੀਂ ਹੋਇਆ ਸਰ ਉਹ ਵੀ ਪੁੱਛ ਲਿਓ। ਮੇਰਾ ਸਵਾਲ ਇਹ ਧਾਰਾ 5 ਵਾਲਾ, ਅਰਸ਼ਦੀਪ ਕਲੇਅਰ ਦਾ ਜਵਾਬ ਦੇ ਦਿਓ ਪਲੀਜ਼। ਮੇਰੀ ਗੱਲ ਸੁਣੋ, ਅਗਰ ਇੱਕ ਬਿੱਲ ਨੇ ਤੁਹਾਡੇ ਨੇ ਪੰਜਾਬ ਸਰਕਾਰ ਨੇ ਰਾਇਪੇਰੀਅਨ ਲਾਅ ਹੀ ਕੰਪਰੋਮਾਈਜ਼ ਕਰਤਾ, ਹੁਣ ਮੈਟਰ ਅਦਾਲਤਾਂ ਦੇ ਵਿੱਚ ਪਹੁੰਚ ਚੁੱਕਿਆ। ਸਰ ਤੁਸੀਂ ਧਾਰਾ 5 ਤੇ ਸਵਾਲ ਚੁੱਕਿਆ ਸੀਗਾ ਅਰਸ਼ਦੀਪ ਕਲੇਅਰ, ਮੈਨੂੰ ਯਾਦ ਹੈ 2004 ਦੇ ਵਿੱਚ, ਅਰਸ਼ਦੀਪ ਕਲੇਅਰ 2004 ਜੋ ਪੰਜਾਬ ਵਿਧਾਨ ਸਭਾ ਦੇ ਵਿੱਚ ਐਮ ਐਸ ਪੀ ਨੂੰ ਲੈ ਕੇ ਕੀਤਾ, ਇਹਦੇ ਬਹੁਤ ਦੂਰਗਾਮੀ। ਤੁਸੀਂ ਮੇਰੇ ਸਵਾਲ ਦਾ ਜਵਾਬ ਦੇ ਰਹੇ ਅਰਸ਼ਦੀਪ ਕਲੇਅਰ, ਤੁਸੀਂ ਵਕੀਲ ਹੋ ਅਰਸ਼ਦੀਪ ਕਲੇਅਰ, ਤੁਹਾਨੂੰ ਕੱਲੀ ਕੱਲੀ ਧਾਰਾ ਦਾ ਪਤਾ, ਐਸ ਵਾਈ ਐਲ ਦੇ ਕੇਸ ਦਾ ਪੂਰਾ ਦਾ ਪਤਾ ਤੁਹਾਨੂੰ ਅਰਸ਼ਦੀਪ ਕਲੇਅਰ ਤੁਹਾਨੂੰ। ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਬਿੱਲ ਪਾਸ ਕੀਤਾ, ਉਹ ਅੱਜ ਤੱਕ ਰਾਇਪੇਰੀਅਨ ਲਾਅ। ਸਰ ਧਾਰਾ 5 ਤੇ ਤੁਸੀਂ ਕੀ ਕੀਤਾ? ਅੱਜ ਤੱਕ ਨੁਕਸਾਨ ਹੋ ਰਿਹਾ ਸੁਪਰੀਮ ਕੋਰਟ ਦੇ। ਤੁਸੀਂ ਕੀ ਕੀਤਾ ਧਾਰਾ 5 ਤੇ ਸਰ? ਉਦੋਂ ਤਾਂ ਕੋਈ ਕੇਂਦਰ ਦਾ ਬਿੱਲ ਨਹੀਂ ਸੀਗਾ, ਤੁਸੀਂ ਵੱਖਰਾ ਬਿੱਲ ਲੈ ਕੇ ਆਏ ਸੀ ਨਾ ਇੱਥੇ, ਤੁਹਾਡੀ ਉਦੋਂ ਵੀ ਸਹਿਮਤੀ ਸੀਗੀ। ਉਸ ਤੋਂ ਬਾਅਦ ਉਹ ਮਸਲੇ ਲਗਾਤਾਰ ਕੋਰਟ ਦੇ। ਚਲੋ ਠੀਕ ਹੈ, ਠੀਕ ਹੈ ਮਿਸਟਰ ਕਲੇਅਰ, ਠੀਕ ਹੈ। ਹਾਂ ਹਰਦੀਪ ਸਿੰਘ ਇੰਗਰਾ, ਠੀਕ ਹੈ ਹਰਦੀਪ ਸਿੰਘ ਇੰਗਰਾ, ਕੀ ਕਹਿ ਰਹੇ ਹੋ? ਦੇਖੋ ਆਪਾਂ ਐਸ ਵਾਈ ਐਲ ਦੀ ਗੱਲ ਨਾ ਕਰੀਏ ਤਾਂ ਠੀਕ ਹੈ, ਐਸ ਵਾਈ ਐਲ ਦੀ ਜਿਹੜੀ ਜ਼ਮੀਨ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਕਵਾਇਰ ਕੀਤੀ ਸੀ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ। ਸਰ ਤੁਸੀਂ ਵੀ ਉਸ ਮੁੱਦੇ ਤੇ ਨਾ ਜਾਓ ਕਿੰਗਰਾ ਸਾਹਿਬ, ਕਿੰਗਰਾ ਸਾਹਿਬ ਪਲੀਜ਼ ਨਾ ਜਾਓ ਤੁਸੀਂ ਉਸ ਮੁੱਦੇ ਤੇ ਸਰ, ਮੇਰਾ ਸਵਾਲ ਹੋਰ ਸੀਗਾ। ਨਹੀਂ ਨਹੀਂ ਕਿੰਗਰਾ ਸਾਹਿਬ, ਆਪਾਂ ਕਿਉਂ ਡਾਈਵਰਟ ਕਰ ਰਹੇ? ਨਹੀਂ ਸਰ, ਮੈਂ ਸਰ ਬਿੱਲਾਂ ਦੇ ਸੰਦਰਭ, ਹਰਦੀਪ ਸਿੰਘ ਕਿੰਗਰਾ ਇੱਕ ਮਿੰਟ, ਕਲੇਅਰ ਸਾਹਿਬ ਪਲੀਜ਼ ਹਰਦੀਪ ਸਿੰਘ ਕਿੰਗਰਾ, ਮੈਂ ਬਿੱਲਾਂ ਦੇ ਸੰਦਰਭ ਵਿੱਚ ਐਸ ਵਾਈ ਐਲ ਦਾ ਸਵਾਲ ਕੀਤਾ ਸੀ, ਕਿਰਪਾ ਕਰਕੇ ਤੁਸੀਂ ਵੀ ਡਿਬੇਟ ਡਾਈਵਰਟ ਨਾ ਕਰੋ। ਹਰਦੀਪ ਸਿੰਘ ਕਿੰਗਰਾ, ਮੇਰਾ ਸਵਾਲ ਇਹ ਹੈਗਾ ਕਿ ਜਦੋਂ ਆਮ ਆਦਮੀ ਪਾਰਟੀ ਜਾਂ ਕੋਈ ਹੋਰ ਕਹਿੰਦੀ ਹੈ ਕਿ ਐਮ ਐਸ ਪੀ ਤੇ ਸਰਕਾਰੀ ਖਰੀਦ ਦੀ ਗਰੰਟੀ ਦੇਵੇ ਪੰਜਾਬ ਸਰਕਾਰ, ਕੀ ਤੁਸੀਂ ਇਹ ਨਹੀਂ ਕਰ ਸਕਦੇ ਸੀ? ਦੇਖੋ ਕੇਪੀ, ਮੈਨੂੰ ਥੋੜਾ ਜਿਹਾ ਸਮਾਂ ਦੇਈ। ਐਮ ਐਸ ਪੀ ਆਇਆ ਕਿਵੇਂ? ਐਮ ਐਸ ਪੀ ਸਾਨੂੰ ਫੂਡ ਸਿਕਿਉਰਿਟੀ ਜਿਹੜੀ ਹੈ ਨਾ ਉਹਦੇ ਵਾਸਤੇ ਲਿਆਉਣਾ ਪਿਆ ਸੀਗਾ, ਕਿਉਂਕਿ ਸਾਡੇ ਕੋਲ ਅੰਨ ਦਾ ਭੰਡਾਰ ਨਹੀਂ ਸੀ, ਅਸੀਂ ਅੰਨ ਜਿਹੜਾ ਉਹ ਲੈਣ ਜਾਂਦੇ ਸੀਗੇ। ਸਰਕਾਰੀ ਖਰੀਦ ਦੀ ਗਾਰੰਟੀ ਦੇ ਸਕਦੀ ਸੀ ਸਰਕਾਰ ਜਾਂ ਨਹੀਂ ਦੇ ਸਕਦੀ ਸੀ? ਗੱਲ ਖਤਮ। ਦੇਖੋ ਮੇਰੀ ਗੱਲ ਸੁਣੋ, ਇਹਦਾ ਲਿੰਕ ਕਿਤੇ ਹੋਰ ਹੈ। ਕੇਂਦਰ ਦੀ ਸਰਕਾਰ ਕਦੇ ਵੀ ਕੇਂਦਰ ਦੀ ਸਰਕਾਰ ਜਿਹੜੀ ਹੈ ਸਰਕਾਰੀ ਖਰੀਦ ਬੰਦ ਨਹੀਂ ਕਰ ਸਕਦੀ, ਕਿਉਂਕਿ ਫੂਡ ਸਿਕਿਉਰਿਟੀ ਐਕਟ ਦੇ ਮੁਤਾਬਕ 40 ਲੱਖ ਟਨ ਉਹਨਾਂ ਨੂੰ ਪਬਲਿਕ ਡਿਸਟ੍ਰੀਬਿਊਸ਼ਨ ਵਾਸਤੇ ਅੰਨ ਚਾਹੀਦਾ। ਅੰਨ ਦਾ ਮਤਲਬ ਹੈ ਚੌਲ ਤੇ ਕਣਕ। ਉਹ 40 ਲੱਖ ਟਨ ਜਿਹੜੀ ਹੈ ਉਹ ਭੰਡਾਰ ਪੰਜਾਬ ਤੇ ਹਰਿਆਣਾ ਭਰਦੇ ਹੈ, ਔਰ ਉਸ ਭੰਡਾਰ ਜੇ ਕੱਲ੍ਹ ਨੂੰ ਅਸੀਂ ਫਸਲਾਂ ਬੀਜ ਕੇ ਦੂਜੀਆਂ ਲਾਉਣ ਲੱਗ ਗਏ ਤਾਂ ਸਾਡਾ ਫੂਡ ਸਿਕਿਉਰਿਟੀ ਐਕਟ ਜਿਹੜਾ ਉਹ ਖਤਰੇ 'ਚ ਪੈ ਜਾਏਗਾ। ਔਰ ਇਸ ਕਰਕੇ ਇਹ ਕਹਿਣਾ ਕਿ ਕੇਂਦਰ ਦੀ ਸਰਕਾਰ ਕਦੇ ਖਰੀਦੇਗੀ ਨਹੀਂ, ਜੇ ਕੋਈ ਮੋਦੀ ਸਾਹਿਬ ਇਹ ਸੋਚਦੇ ਆ ਤਾਂ ਮੋਦੀ ਸਾਹਿਬ ਨੂੰ ਐਕਟ ਪੜ੍ਹਨਾ ਚਾਹੀਦਾ, ਫੂਡ ਸਿਕਿਉਰਿਟੀ ਐਕਟ। ਕੇਂਦਰ ਦੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਅੰਨ ਦੇਣਾ, ਉਹਨਾਂ ਨੂੰ ਕਪਾਹ ਦੇਣੀ ਜ਼ਿੰਮੇਵਾਰੀ ਨਹੀਂ ਹੈ। ਇਸ ਕਰਕੇ ਕਪਾਹ ਥੱਲੇ ਵਿਕਦੀ ਹੈ, ਇਸ ਕਰਕੇ ਕਪਾਹ ਦੀ ਦੇਖੋ ਮੈਨੂੰ ਪੂਰੀ ਗੱਲ ਕਰਨ ਦਿਓ, ਕਪਾਹ ਦੇ ਐਮ ਐਸ ਪੀ ਕਿਉਂ ਨਹੀਂ ਮਿਲਦਾ? ਕਿਉਂਕਿ ਕਪਾਹ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਤੋਂ ਬਾਹਰ ਹੈ। ਜਿਹੜੀਆਂ ਚੀਜ਼ਾਂ ਪੀ ਡੀ ਐਸ ਦੇ ਵਿੱਚ ਹੈਗੀਆਂ ਉਹ ਕੇਂਦਰ ਦੀ ਸਰਕਾਰ ਨੂੰ ਖਰੀਦਣੀਆਂ ਪੈਣੀਆਂ,
ਔਰ ਉਹ ਕੇਂਦਰ ਦੀ ਚਲੋ ਕਿੰਗਰਾ ਸਾਹਿਬ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਕਿੰਗਰਾ ਸਾਹਿਬ ਮੈਨੂੰ ਇੱਕ ਸਵਾਲ ਕਿੰਗਰਾ ਸਾਹਿਬ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ ਜੇ ਕੇਂਦਰ ਦੀਆਂ ਏਜੰਸੀਆਂ ਕੇਂਦਰ ਦੀਆਂ ਏਜੰਸੀਆਂ ਨੇ ਕਣਕ ਝੋਨਾ ਨਾ ਚੱਕਿਆ ਕਾਰਪੋਰੇਟ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਨੇ ਨਾ ਚੱਕਿਆ ਤੁਸੀਂ ਚੱਕੋਗੇ ਸਰ ਦੇਖੋ ਕੇਂਦਰ ਤੁਸੀਂ ਮੈਂ ਤੁਹਾਨੂੰ ਉਹੀ ਤਾਂ ਦੱਸ ਰਿਹਾ ਕਿ ਜਿਹੜਾ ਫੂਡ ਜਿਹੜੀ ਸਿਕਿਉਰਿਟੀ ਐਕਟ ਹੈਗਾ ਜੇ ਤੁਸੀਂ ਉਹਨੂੰ ਪੜੋਗੇ ਕੇਂਦਰ ਦੀ ਸਰਕਾਰ ਨੂੰ ਕਣਕ ਤੇ ਝੋਨਾ ਚੱਕਣਾ ਪੈਣਾ ਹੈ ਹਾਲਾਂਕਿ ਸਰਕਾਰ ਦੀਆਂ ਨੇ ਸਾਰੀਆਂ ਗੱਲਾਂ ਮੰਨਦੇ ਪਏ ਆ ਉਹ ਉਹਨਾਂ ਦਾ ਸਵਾਲ ਹੈਗਾ ਕਿ ਸਾਨੂੰ ਗਰੰਟੀ ਕੌਣ ਦਊਗਾ ਮੈਂ ਕੇਪੀ ਜੀ ਦੋ ਤਿੰਨ ਗੱਲਾਂ ਛੋਟੀਆਂ ਛੋਟੀਆਂ ਕਹਾਂਗਾ ਮੈਂ ਇੰਨਾ ਲੰਬਾ ਉਹ ਨਹੀਂ ਕਰਨੀ ਇਹ ਤਿੰਨੇ ਜਿਹੜੇ ਮੁਅੱਜ਼ਜ਼ ਮਹਿਮਾਨ ਨੇ ਇਹਨਾਂ ਦੇ ਉੱਥੇ MLA ਸੀ ਇਹ ਤਿੰਨੇ ਬਿੱਲ 7 ਮਿੰਟ 'ਚ ਪੜ੍ਹੇ ਜਾਂਦੇ ਨੇ ਚਲੋ ਮੈਂ 7 ਮਿੰਟ 'ਚ ਪੜ੍ਹਦੇ 17 'ਚ ਪੜ੍ਹ ਲੈਂਦੇ ਇਹਨਾਂ ਨੇ ਨਹੀਂ ਪੜ੍ਹੇ ਉਹ ਮੇਰੀ ਲਟਮੀ ਸੀ ਇਹ ਕਹਿ ਸਕਦੇ ਸੀ ਉਹ ਬਿੱਲ ਪੜ੍ਹ ਕੇ ਬਿੱਲ ਵੀ ਮੈਂ ਦੱਸਾਂਗਾ ਕੀ ਨਹੀਂ ਕਰਿਆ ਦੂਜਾ ਪਾਰਟ ਇਹ ਹੈ ਕਿ ਕਾਂਗਰਸ ਨੇ ਉੱਥੇ ਇਹਨਾਂ ਨੇ ਕਿਹਾ ਵੀ ਅੱਧਾ ਘੰਟਾ ਦੇ ਦਿਓ ਅਸੀਂ ਅੱਧਾ ਘੰਟਾ ਬੈਠ ਕੇ ਦੇਖ ਲਈਏ ਤੁਸੀਂ ਹੁਣ ਬਿੱਲ ਦਿੱਤੇ ਨੇ ਸਪੀਕਰ ਸਾਹਿਬ ਨੇ ਕਿਹਾ ਨਹੀਂ ਨਹੀਂ ਇਹ ਜਿਹੜੇ ਰੂਲਿੰਗ ਪਾਰਟੀ ਹੈ ਦੱਸੀ ਜਾ ਗਈ ਅੱਧਾ ਤੁਸੀਂ ਉਹਨੇ ਵੀ ਉੱਧਰੋਂ ਬੰਦੇ ਨੇ ਸੁਣਨਾ ਵੀ ਤਾਂ ਹੈ ਨਾ ਇਟ ਵਾਜ਼ ਅ ਮੋਸਟ ਅਨਡੈਮੋਕ੍ਰੈਟਿਕ ਆਈ ਵਿਲ ਵਿਦ ਡਿਊ ਰਿਗਾਰਡ ਟੂ ਦੀ ਹਾਊਸ ਆਈ ਵਿਲ ਸੇ ਕਿ ਤੁਸੀਂ ਇੱਕ ਪਾਸੇ ਬਿੱਲ ਉਹਨਾਂ ਨੂੰ ਪੜ੍ਹਨ ਵਾਸਤੇ ਕਹਿਣਾ ਦੂਜੇ ਪਾਸੇ ਕਹਿਣਾ ਬੰਦਾ ਬੋਲੀ ਜਾਵੇ ਹਾਊਸ ਦੇ ਵਿੱਚ ਐਂ ਨਹੀਂ ਕਦੀ ਵੀ ਹੁੰਦਾ ਵੀ ਉਹ ਸੁਣੀ ਵੀ ਜਾਵੇ ਉਹਨਾਂ ਦੇ ਕੋਈ ਐਂ ਕੰਪਿਊਟਰ ਨਹੀਂ ਹੈਗੇ ਦਿਮਾਗ ਸੋ ਉੱਥੇ ਇਹ ਨਹੀਂ ਕਰਿਆ ਗਿਆ ਇਹ ਦੇਣਾ ਚਾਹੀਦਾ ਸੀ ਅੱਧਾ ਘੰਟਾ ਨਹੀਂ ਦਿੱਤਾ ਗਿਆ ਮੈਂ ਆਪ ਸੁਣੀ ਉਹ ਕਾਰਵਾਈ ਔਰ ਐਗਜੈਕਟਲੀ ਮੈਂ ਉਸੇ ਸਮੇਂ 'ਚ ਪਰਚਾ ਸੁਣ ਰਿਹਾ ਸੀ ਜਦਕਿ ਉਹ ਨਾ ਕਰੀ ਗਈ ਔਰ ਇਹਨਾਂ ਨੇ ਕਿਹਾ ਵੀ ਸਾਨੂੰ ਦੋਵਾਂ ਪਾਰਟੀਆਂ ਤਿੰਨਾਂ ਨੇ ਕਿੰਨੇ ਵੀ ਸੀਗੇ ਕਿ ਸਾਨੂੰ ਅੱਧਾ ਘੰਟਾ ਦੇ ਦਿਓ ਬਸ ਜ਼ਿਆਦਾ ਨਾ ਦਿਓ ਇੰਟਰਵਲ ਕਰ ਲਈਏ ਨਹੀਂ ਕਰੀ ਇੱਕ ਹੁਣ ਮੈਂ ਦੂਜੀ ਗੱਲ 'ਤੇ ਆਉਣਾ ਜਿਹੜਾ ਅਕਾਲੀ ਦਲ ਕਹਿੰਦਾ ਵੀ ਪੂਰੇ ਪੰਜਾਬ ਨੂੰ ਮਾਰਕੀਟ ਡਿਕਲੇਅਰ ਕਰ ਦਿਓ ਮੈਨੂੰ ਲੱਗਦਾ ਇਹ ਵੀ ਇਹ ਕਾਨੂੰਨ ਨਹੀਂ ਦੇਖਦੇ ਕਾਨੂੰਨ 'ਚ ਆਲਰੇਡੀ ਭਾਰਤ ਸਰਕਾਰ ਨੇ ਇਹਨੂੰ ਮਾਰਕੀਟ ਡਿਕਲੇਅਰ ਸਾਰੇ ਪੰਜਾਬ ਨੂੰ ਕਰਿਆ ਹੋਇਆ ਮੈਂ ਪੜ੍ਹ ਦਿੰਦਾ ਕੀ ਲਿਖਿਆ ਫਾਰਮ ਗੇਟਸ ਹਰੇਕ ਖੇਤ ਦਾ ਜਿਹੜਾ ਜਿੱਥੋਂ ਐਂਟਰੀ ਉਹ ਮਾਰਕੀਟ ਹੈ ਕੋਈ ਖੇਤ ਨਹੀਂ ਬਚਦਾ ਫੈਕਟਰੀ ਪ੍ਰੀਮਿਸਿਸ ਵੇਅਰ ਹਾਊਸਿਸ ਸਾਈਲੋਜ਼ ਕੋਲਡ ਸਟੋਰੇਜ ਆਰ ਐਨੀ ਅਦਰ ਸਟਰਕਚਰ ਔਰ ਪਲੇਸ ਕਿਹੜਾ ਬਚ ਗਿਆ ਜੀ ਜਿਹੜਾ ਮੰਡੀ ਨਹੀਂ ਡਿਕਲੇਅਰ ਕਰਿਆ ਹੋਇਆ ਆਲਰੇਡੀ ਉਹਦੇ ਉੱਤੋਂ ਦੀ ਤੁਸੀਂ ਕਿਹੜੀ ਮੰਡੀ ਡਿਕਲੇਅਰ ਕਰੋਗੇ ਇੱਕ ਇਸ ਕਰਕੇ ਸਾਨੂੰ ਕਾਨੂੰਨ ਕੀ ਕਹਿੰਦਾ ਇੱਦਾਂ ਹੀ ਮੈਂ ਆਪ ਵਾਲਿਆਂ ਵਾਸਤੇ ਬੇਨਤੀ ਕਰਾਂਗਾ ਅਸੈਂਸ਼ੀਅਲ ਸਰਵਿਸਿਸ ਐਕਟ ਇਹ ਤਿੰਨਾਂ ਵਾਸੀ ਆ ਵੈਸੇ ਤਾਂ ਉਹਦੇ 'ਚ ਇਹਨਾਂ ਨੇ ਕਹਿਤਾ ਕਿ ਜੀ ਅਸੀਂ ਵੀ ਜੇ ਲੋੜ ਪਈ ਤਾਂ ਕੰਟਰੋਲ ਕਰਾਂਗੇ ਸਟੇਟ ਨੇ ਕਹਿਤਾ ਬਈ ਹੋਰਡਿੰਗ ਤਾਂ ਤੁਸੀਂ ਰੋਕੀ ਨਹੀਂ ਦਿੱਲੀ ਵਾਲੇ ਪਾਸ ਕਰ ਦੇਣ ਵੀ ਹੋਰਡਿੰਗ ਨਹੀਂ ਹੋਣੀ ਚਾਹੀਦੀ ਦਿੱਲੀ ਤਾਂ ਬਹੁਤ ਜ਼ਿਆਦਾ ਲੋੜ ਪਊਗੀ ਉਹਨਾਂ ਦੀ ਹੋਰਡਿੰਗ ਉਹਦੇ ਵਿੱਚ ਜ਼ਿਆਦਾ ਅਲਾਓ ਕਰਤੀ ਹੈ ਕਿਸੇ ਨੇ ਉਹਦੇ 'ਚ ਹੁਣ ਵੀ ਬਹਿਸ 'ਚ ਕਿਤੇ ਨਹੀਂ ਆ ਰਿਹਾ ਵੀ ਹੋਰਡਿੰਗ ਕਿਉਂਕਿ ਅਸੀਂ ਫੋਕਸ ਹੋਰ ਪਾਸੇ ਕਰ ਰਹੇ ਹਾਂ ਜੇ ਪੂਰੀ ਜਨਤਾ ਦੀ ਗੱਲ ਕਰਨੀ ਹੋਵੇ ਤਾਂ ਸਭ ਤੋਂ ਵੱਡਾ ਜਿਹੜਾ ਅਮੈਂਡਮੈਂਟ ਹੈ ਜਿਹੜੀ ਸਭ ਤੋਂ ਮਾਰੂ ਹੈ ਉਹ ECA ਹੈ ਕਿ ਉਹਦੇ ਵਿੱਚ ਕਹਾਂ ਇਹ ਵੀ ਹੈ ਕਿ ਉਹ ਸਪਲਾਈ ਦੇਵੇ ਜਾਂ ਨਾ ਦੇਵੇ ਜਿਹੜੀ ਸੈਂਟਰ ਨੇ ਐਕਟ ਬਣਾਇਆ ਹੈ ਉਹਦੇ 'ਚ ਇਹ ਹੈ ਕਿ ਮੈਂ ਆਨੰਦ ਖਰੀਦ ਲਿਆ ਮੈਂ ਮੁੜ ਕੇ ਭਾਵੇਂ ਮਾਰਕੀਟ 'ਚ ਨਾ ਵੀ ਦੇਵਾਂ ਮੈਂ ਕਿਹਾ ਮੈਂ ਨਹੀਂ ਦਿੰਦਾ ਹੱਦ ਇਹ ਹੈ ਇਹਦੇ ਉੱਤੇ ਕੋਈ ਨਹੀਂ ਬੋਲ ਰਿਹਾ ਵੀ ਭਾਈ ਇਹ ਤਾਂ ਜੇ ਅਨਾਜ ਹੀ ਅਗਲਾ ਕਹੂਗਾ ਸਰਕਾਰ ਇੱਥੇ ਜਿਵੇਂ ਕੱਲ੍ਹ ਨੂੰ ਆਪ ਦੀ ਸਰਕਾਰ ਬਣ ਜਾਂਦੀ ਆ ਕੱਲ੍ਹ ਨੂੰ ਅਕਾਲੀ ਦਲ ਦੀ ਬਣ ਜਾਂਦੀ ਆ ਇਹਨਾਂ ਦਾ ਦਿੱਲੀ ਨਾਲ ਪੈ ਜਾਂਦਾ ਪੰਗਾ ਅਤੇ ਉਹ ਕਹਿੰਦੇ ਚੰਗਾ ਜੇ ਅਗਲੇ ਨੂੰ ਕਹਿ ਦਿੰਦੇ ਨੇ ਅੰਬਾਨੀ ਅਡਾਨੀ ਨੂੰ ਵੀ ਯਾਰ ਤੂੰ ਇਹਨਾਂ ਨੂੰ ਸਮਾਨ ਹੀ ਨਾ ਵੇਚ ਇਹ ਸਾਰਾ ਕਿਸਾਨਾਂ ਨੇ ਤਾਂ ਆਟਾ ਨਹੀਂ ਨਾ ਦੇਣਾ ਬਾਕੀ 3 ਕਰੋੜ 3.25 ਕਰੋੜ ਦੀ ਆਬਾਦੀ ਨੂੰ ਕਿੱਥੋਂ ਦਿਓਗੇ ਸੋ ਇਸ ਕਰਕੇ ਸਰਕਾਰਾਂ ਤੋੜਨ ਦਾ ਵੀ ਤਰੀਕਾ ਬਣੇਗਾ ਅਸੈਂਸ਼ੀਅਲ ਕਮੋਡਿਟੀਜ਼ ਐਕਟ ਉਹਦੇ ਉੱਤੇ ਕੋਈ ਕੰਸਨਟ੍ਰੇਟ ਨਹੀਂ ਕਰ ਰਿਹਾ ਮੀਵਨ ਮੈਂ ਅਰਥਸ਼ਾਸਤਰ ਨੂੰ ਵੀ ਚਲੋ ਇਹ ਤਾਂ ਹੋ ਹੀ ਗਿਆ ਭਾਈ ਜਿੱਥੇ ਰੋਟੀ ਜਿਹੜੇ ਵਾਸਤੇ ਸਾਰਾ ਗ੍ਰੀਨ ਰੈਵੋਲੂਸ਼ਨ ਆਇਆ ਜਿਹੜਾ ਫੂਡ ਸਿਕਿਉਰਿਟੀ ਦੀ ਗੱਲ ਕਿੰਗਰਾ ਸਾਹਿਬ ਕਰਦੇ ਨੇ ਉਹ ਦਿੱਲੀ 'ਚ ਵੀ ਹੈ ਉਹ ਬਾਕੀ ਸਟੇਟਾਂ 'ਚ ਵੀ ਹੈ ਉਹ ਤਾਂ ਲਾਗੂ ਹੋਣਾ ਚਾਹੀਦਾ ਨਾ ਉਹ ਹੋ ਗਿਆ ਹੋਇਆ ਨਹੀਂ ਅਤੇ ਉਹਦੇ ਉੱਤੇ ਆਪ ਵਾਲੇ ਦਿੱਲੀ 'ਚ ਪਾਸ ਕਰਾ ਦੇਣ ਜੇ ਬਾਕੀ ਦੋ ਨਹੀਂ ਕਰਾਉਣੇ ਇਕੱਲੇ 'ਚ ਕਰਾ ਦੇਣ ਵੀ ਜੀ ਅਸੈਂਸ਼ੀਅਲ ਜਿਹੜੀ ਕਮੋਡਿਟੀ ਐਕਟ ਹੈ ਇਹ ਤਾਂ ਗਲਤ ਅਮੈਂਡਮੈਂਟ ਅਸੀਂ ਇਹਨੂੰ ਅਪੋਜ਼ ਕਰਦੇ ਹਾਂ ਸੋ ਐਂ ਨਹੀਂ ਹੈ ਮੈਂ ਫਿਰ ਕਹਾਂਗਾ ਵੀ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਦੇ ਮਤਭੇਦ ਹੈਗੇ ਨੇ ਹੋਣੇ ਚਾਹੀਦੇ ਨੇ ਇਹਨਾਂ ਨੇ ਇੱਕ ਮੈਚੋਰਿਟੀ ਦਿਖਾਈ ਹੈ ਮਤਭੇਦ ਹੋਣ ਦੇ ਬਾਵਜੂਦ ਮੈਂ ਵਧਾਈ ਦਿਆਂਗਾ ਬਾਕੀ ਸਾਰੀਆਂ ਪਾਰਟੀਆਂ ਨੂੰ ਕਿ ਮੈਚੋਰਿਟੀ ਦਿਖਾਈ ਅੱਜ ਪੰਜਾਬ ਦੇ ਮਾਮਲੇ ਦੇ ਉੱਤੇ ਜਿੰਨੀ ਮੈਚੋਰਿਟੀ ਸੋਹਣੀ ਉੱਥੇ ਦਿਖਾਈ ਹੈ ਆਪਦੇ ਮਤਭੇਦ ਰੱਖਦੇ ਹੋਏ ਆਪਦੀ ਸਭ ਕੁਛ ਗੱਲ ਨੂੰ ਰੱਖਦੇ ਹੋਏ ਇਹਨਾਂ ਨੂੰ ਜੇ ਹੁਣ ਕੈਪਟਨ ਨੇ ਕਿਹਾ ਕੈਪਟਨ ਸਾਹਿਬ ਕਹਿੰਦੇ ਵੀ ਮੈਂ ਹੀ ਤਿਆਗ ਕਰਿਆ ਤਿਆਗ ਅਕਾਲੀ ਦਲ ਨੇ ਵੀ ਕਰਿਆ ਜੇ ਇਹਨਾਂ ਕੋਲੇ ਹੁੰਦਾ ਕੁਛ ਆਪ ਵਾਲਿਆਂ ਕੋਲੇ ਸ਼ਾਇਦ ਇਹ ਵੀ ਤਿਆਗ ਕਰਦੇ ਚਲੋ ਠੀਕ ਜੀ ਕੋਈ ਗੱਲ ਨਹੀਂ ਹੈ ਠੀਕ ਹੈ ਡਾਟਾ ਗਰਗ ਨੇ ਸਾਰੀਆਂ ਪਾਰਟੀਆਂ ਨੂੰ ਇੱਕ ਵਾਰੀ ਫਿਰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕੁੱਲ ਮਿਲਾ ਕੇ ਡਾਟਾ ਗਰਗ ਦੀ ਗੱਲ ਵਿੱਚੋਂ ਮੈਨੂੰ ਇੱਕ ਗੱਲ ਸਮਝ ਆ ਰਹੀ ਹੈ ਕਿ ਇਹਨਾਂ ਸਿਆਸੀ ਪਾਰਟੀਆਂ ਦੀ ਮਜਬੂਰੀ ਹੁੰਦੀ ਹੈ ਆਪਦੀ ਇੱਕ ਲਾਈਨ ਅਖਤਿਆਰ ਕਰਨੀ ਉਸ ਲਾਈਨ ਦੇ ਵਿਚਾਲੇ
जे ये आपकी लाइन ड्रॉ नहीं करे तो इन्हों सियासी तौर पर नुकसान हो सकता है, इस करके इन्हों का विरोध करना भी लाजमी है। ये भी डॉक्टर गर्ग नाल गल कह रहा है कि इन शोध बिलों में बहुत नुक्स हो सकते हैं, उन्होंने नुक्स न एक बार पासे छड़ के असी इन मुद्दों पर इकट्ठे होने की रणनीति तैयार करिए। इस ब्रेक तो बाद वापस आके सवाल भी होना लाजमी है। जिहड़ी किसान जथेबंदियों ने बैठक की है उन्होंने ये भी किया कि जो भी टुटिया फुटिया बिल बनाया उसका असी ना स्वागत करते हैं ना विरोध करते हैं, पर जो भी किया साढ़े अंदोलन के दबाव हेठ किया ये साड़ी नैतिक तौर पर जित है, नैतिक तौर पर प्राप्ति है। इसलिए असी इन मुद्दों पर बाद अपनी राय प्रगटावे, पर फिलहाल साड़ा अंदोलन सही तरीके चल रहा है। ब्रेक तो वापस आके किसान अंदोलन बारे गल होगी जरूर। बड़ा सवाल असं यह पूछ रहे केंद्र के खेती कानून खिलाफ़ कैप्टन के शोध बिलों का सच की है। अर्शदीप क्लेयर, पहला सवाल मैं तुहाडे तों लऊंगा, पहला तो आखिरी सवाल है इस सैगमेंट का। तुसीं कह रहे हो पंजाब विच पहला ही राष्ट्रपति राज चल रहा है, अर्शदीप क्लेयर तुहाडा कहन दा मतलब की है? एक तो यह समझा दो अर्शदीप क्लेयर, जे तुहाडा कहन दा मतलब यह है कि केंद्र नाल मिल के कैप्टन काम करते पे है, इहदा मतलब तुसीं उत्थे की करते पे सी फिर? जे केंद्र नाल मिल के कैप्टन काम करते पे इन्ने साल तुसीं उत्थे की करते पे सी फिर? केपी जी, पहली गल तो हैगी है कि साडा यह कहण दा मतलब कि राष्ट्रपति राज चल रहा, ये जिहड़ा बिल भी कैप्टन साहब लेके आए ने, मैं फिर दोबारा कह दिया कि ये बिल्कुल एक सेंटर की सहमति नाल लिया गया बिल है, सिर्फ उन्नियां कि तब्दीलियां कीतियां गईयां जिन्नियां कि सेंटर नाल कोई डायरेक्ट कन्फ्रंटेशन ना हो जाए, जबकि इस तो वध के भी कीतियां जा सकदियां सी, इस तो वध सख्त स्टैंड भी लिया कीता जा सकदा सी। क्लियर साहब, की कीता जा सकदा सी? केपी जी, मैं देखो गर्ग साहब बहुत इस गल ते, गर्ग साहब कहिंदे आ चीज भी मंडी आ भी मंडी आ, मैं इह गल कह रहा कि अगर तुसी एपीएमसी मंडी डिक्लेयर कर दे ਤਾਂ ਉਰੇ ਹੋਰ ਵੀ ਕੋਈ ਥਾਂ ਅਗਰ ਤੁਸੀਂ ਕਿਸੇ ਪ੍ਰਾਈਵੇਟ ਪਲੇਅਰ ਨੂੰ ਦੇਣੀ ਹੈ ਉਹ ਨਹੀਂ ਵੱਧ ਸਕਦੀ ਸੀ, ਹੁਣ ਤੁਸੀਂ ਕਿਸੇ ਨੂੰ ਕੋਈ ਥਾਂ ਅੱਜ ਵੀ ਉਰੇ ਪ੍ਰਾਈਵੇਟ ਮੰਡੀਆਂ ਪ੍ਰਾਈਵੇਟ ਪਲੇਅਰ ਆ ਕੇ ਥਾਂ ਖਰੀਦ ਸਕਦੇ ਨੇ, ਅਗਰ ਏਪੀਐਮਸੀ ਮੰਡੀ ਡਿਕਲੇਅਰ ਕੀਤੀ ਹੁੰਦੀ ਤਾਂ ਕਿਸੇ ਕੋਲ ਕੋਈ ਥਾਂ ਹੀ ਨਹੀਂ ਬਚਣੀ ਸੀ ਆਪਦੀ ਲਿਆ ਕੇ ਉਰੇ ਪ੍ਰਾਈਵੇਟ ਪਲੇਅਰ ਨੇ ਆ ਕੇ ਕੁਛ ਕਰਨ ਲਈ, ਪਹਿਲੀ ਗੱਲ। ਦੂਸਰੀ ਗੱਲ, ਮੈਂ ਕੇਪੀ ਜੀ ਇਹ ਗੱਲ ਕਹਿਣੀ ਚਾਹ ਰਿਹਾ ਕਿ ਜਿਹੜੀ ਤੁਸੀਂ ਕਿਉਂ ਨਾ ਤੁਸੀਂ ਆਪਣਾ ਬਿੱਲ ਲੈ ਕੇ ਆਉਂਦੇ, ਜਦਕਿ ਤੁਸੀਂ ਇੱਕ ਸੈਂਟਰ ਦੇ ਉਹਦੇ ਤੇ ਬਿੱਲਾਂ ਦੇ ਵਿੱਚ ਤੁਸੀਂ ਸਿਰਫ ਅਮੈਂਡਮੈਂਟ ਕਰੀ, ਉਹਦੀ ਵੀ ਤੁਸੀਂ ਗੇਂਦ ਸੈਂਟਰ ਦੇ ਪਾਲ 'ਚ ਸਿੱਟਦੀ, ਤੁਹਾਨੂੰ ਚੰਗੀ ਲੱਗਦੀ ਹੈ ਤਾਂ ਸਵੀਕਾਰ ਕਰ ਲਓ, ਨਹੀਂ ਚੰਗੀ ਲੱਗਦੀ ਤਾਂ ਇਹਨੂੰ ਤੁਸੀਂ ਇਹਨੂੰ ਰਿਜੈਕਟ ਕਰ ਦਿਓ। ਸੋ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ ਉਹ ਚੀਜ਼ ਕੀਤੀ ਜੋ ਸੈਂਟਰ ਦੇ ਨਾਲ ਉਹ ਡਾਇਰੈਕਟ ਕਨਫਰੰਟੇਸ਼ਨ 'ਚ ਨਾ ਪੈਣ ਤੇ ਉਹਨਾਂ ਦੀ ਆਪਦੀ ਸਰਕਾਰ ਉਹਦੇ ਬਚੀ ਰਵੇ। ਔਰ ਜਿੱਥੇ ਤੱਕ ਉਹਨਾਂ ਦਾ ਇਹ ਕਹਿਣਾ ਕਿ ਮੇਰੀ ਸਰਕਾਰ ਤੋੜ ਦਿਓ, ਇਹ ਪੋਲੀਟੀਕਲ ਸਟੇਟਮੈਂਟ ਹੈ ਸਿਰਫ ਤੇ ਸਿਰਫ ਲੋਕਾਂ ਨੂੰ ਭਰਮਾਉਣ ਲਈ, 2022 ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਔਰ ਲੱਡੂ ਵੰਡਣ ਵਾਲੀ ਕੀ ਗੱਲ ਸੀ? ਮੈਨੂੰ ਇੱਕ ਗੱਲ ਦੱਸੋ ਕਿ ਕੈਪਟਨ ਦੇ ਜਾਂ ਕੱਲ ਕਾਂਗਰਸੀਆਂ ਨੇ ਆਪਾਂ ਜਿੱਥੇ ਕਿਸਾਨੀ ਖੜੀ ਹੈ ਇਕਬਾਲ ਸਿੰਘ, ਕਿਸਾਨਾਂ ਦਾ ਅੰਦੋਲਨ ਇਸ ਵਿਧਾਨ ਸਭਾ ਸੈਸ਼ਨ ਦੇ ਨਾਲ ਕਮਜ਼ੋਰ ਹੋਇਆ, ਮਜ਼ਬੂਤ ਹੋਇਆ, ਸਾਬੋਟਾਜ ਹੋਇਆ, ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕੀ ਹੋਇਆ ਇਕਬਾਲ ਸਿੰਘ? ਲਾਸਟ ਕਮੈਂਟ। ਨਹੀਂ ਕੇਪੀ ਜੀ, ਕਿਸਾਨ ਬਹੁਤ ਵਧੀਆ ਅੰਦੋਲਨ ਚਲਾ ਰਹੇ, ਕਿਸਾਨਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਮੂਹਰੇ ਲਾਇਆ ਹੋਇਆ, ਇਸ ਕਰਕੇ ਕਿਸਾਨਾਂ ਦਾ ਅੰਦੋਲਨ ਮੈਂ ਫੈਲ ਨਹੀਂ ਕਹੂੰਗਾ, ਮੈਂ ਵਧਾਈ ਦਊਂਗਾ ਸਮਕਾ ਉਹਨਾਂ ਨੂੰ। ਦੂਜੀ ਗੱਲ ਹੈਗੀ, ਆ ਜਿਹੜਾ ਪੀਡੀਐਸ ਸਿਸਟਮ ਦਾ ਕਿੰਗਰਾ ਸਾਹਿਬ ਗੱਲ ਕਰਦੇ ਸੀਗੇ, ਪੈਸੇ ਖਾਣ ਵਾਸਤੇ ਕਮਿਸ਼ਨਾਂ ਖਾਣ ਵਾਸਤੇ ਤਾਂ ਕੋਪਰੇਟਰ ਨੂੰ ਲਿਆ, ਉਹ ਕੋਪਰੇਟ ਤੋਂ ਖਰੀਦਣਗੇ ਪੀਡੀਐਸ ਸਿਸਟਮ ਚਲਾਉਣ ਵਾਸਤੇ। ਤੇ ਜਿੱਥੋਂ ਤੱਕ ਹੈਗਾ ਪੈਰੇ ਲਾਲ ਜੀ ਨੇ ਕਿਹਾ ਵੀ ਸਰਕਾਰਾਂ ਆਪ ਵੀ ਤਕੜੀਆਂ ਹੁਣ, ਹੈਲਥ ਆਪਣੀ ਸਰਕਾਰਾਂ ਦੀ ਤਕੜੀ ਕਰਨੀ ਚਾਹੀਦੀ ਆ, ਹੁਣ ਦਿੱਲੀ 'ਚ ਅਸੀਂ ਪਿਆਜ਼ ਖਰੀਦ ਲੈਂਦੇ ਹਾਂ, ਕਿਵੇਂ ਬਲੈਕ ਮਾਰਕੀਟ ਹੋ ਜੂਗੀ? ਜੇ ਪੰਜਾਬ ਸਰਕਾਰ ਦਿਵਾਲੀਆ ਰਹੂਗੀ ਤਾਂ ਕਿਵੇਂ ਖਰੀਦੂਗੀ? ਆਪਣਾ ਖਰੀਦੂ ਤਾਂ ਹੀ ਜੇ ਇਹਨਾਂ ਦੀ ਜੇਬ 'ਚ ਪੈਸਾ ਆਊਗਾ। ਪਹਿਲਾਂ ਆਪਣੀ ਸਰਕਾਰਾਂ ਨੂੰ ਆਪਣੀ ਹੈਲਥ ਠੀਕ ਕਰਨ ਦੀ ਲੋੜ ਹੈ, ਉਹ ਤੋਂ ਬਾਅਦ ਸੈਂਟਰ ਕੰਨੀ ਨੂੰ ਝਾਕਣ ਦੀ ਲੋੜ ਹੈ। ਇਸ ਕਰਕੇ ਸਾਸੀ, ਜੇ ਅੱਜ ਪੰਜਾਬ ਸਰਕਾਰ ਦਿਵਾਲੀਆ ਹੋਈ ਵੀ ਹੈ ਤਾਂ ਅੱਜ ਆਹ ਡਰਾਮੇ ਹੋ ਰਹੇ, ਨਹੀਂ ਤਾਂ ਲੋੜ ਹੀ ਨਹੀਂ ਸੀ। ਜੇ ਸਾਡੀ ਜੇਬ 'ਚ ਪੈਸਾ ਹੁੰਦਾ ਠੀਕ ਹੈ, ਤੁਸੀਂ ਕਾਰਪੋਰੇਟ ਕਹੋ ਅਸੀਂ ਆਪ ਖੁਦ ਖਰੀਦ ਲਾਂਗੇ, ਅਸੀਂ ਵੇਚਾਂਗੇ, ਉਹਨੂੰ ਵੈਲਿਊ ਐਡ ਕਰਕੇ ਵੇਚਾਂਗੇ, ਸਾਡੇ ਕੋਲ ਮਾਰਕਫੈਟ ਹੈਗੀ। ਇੱਕ ਦੋ ਪ੍ਰਾਈਵੇਟ ਅੰਡਾਨੀ ਅੰਬਾਨੀਆਂ ਤੇ ਅਸੀਂ ਡਰ ਗਏ, ਐਡੀ ਵੱਡੀ ਸਰਕਾਰ ਡਰ ਗਈ, ਕਿਵੇਂ ਡਰ ਗਈ? ਸਾਡੇ ਕੋਲ ਜਿਹੜੀਆਂ ਏਜੰਸੀਆਂ ਮਾਰਕਫੈਟ ਬਾਹਰਲੇ ਮੁਲਕਾਂ ਨੂੰ ਭੇਜਦੀ ਹੈ ਬੰਦ ਡੱਬਾ ਕਰਕੇ, ਦਾਲਾਂ ਮਹਾਰਾਸ਼ਟਰ ਸੋਲਾਪੁਰ ਤੋਂ ਖਰੀਦ ਕੇ ਲਿਆ ਕੇ ਇੱਥੇ ਬੰਦ ਡੱਬਾ ਕਰਕੇ ਭੇਜਦੀ ਹੈਗੀ, ਅਸੀਂ ਦਾਲਾਂ 'ਚ ਕਨਵਰਟ ਕਰੋ, ਅਸੀਂ ਬਾਸਮਤੀ 'ਚ ਕਨਵਰਟ ਕਰੋ, ਰਾਈਸ ਮਿੱਲਾਂ ਲਾਓ ਇੱਥੇ, ਜਿਵੇਂ ਹਰਿਆਣੇ ਨੇ ਲਾਈਆਂ ਕਰਨਾਲ ਕੋਲ, ਤੁਸੀਂ ਆਪਣਾ ਦਿਮਾਗ ਲਾਓ ਨਾ, ਖੇਤੀ ਦੀ ਕੋਈ ਪਾਲਿਸੀ ਲਿਆਓ, ਤੁਹਾਨੂੰ ਸੈਂਟਰ ਕੰਨੀ ਝਾਕਣ ਦੀ ਲੋੜ ਕਿਹੜੀ ਹੈਗੀ? ਆਪਣੇ ਹੱਥ ਨੂੰ ਮਜ਼ਬੂਤ ਕਰੋ ਤਾਂ ਕਿ ਤੁਸੀਂ ਖਰੀਦ ਸਕੋ, ਠੀਕ ਠੀਕ ਬਲੈਕ ਮਾਰਕੀਟ ਨਾਲ ਤੇ ਹੋ ਸਕੇ, ਠੀਕ ਹੈ। ਹਰਦੀਪ ਸਿੰਘ ਕਿੰਗਰਾ, ਇਕਬਾਲ ਸਿੰਘ ਹਰਾਂ ਜਿਹੜੇ ਸਵਾਲ ਚੁੱਕੇ ਆ ਉਹਨਾਂ ਸਵਾਲਾਂ ਦੇ ਵਿਚਾਲੇ ਇਹ ਹੈ ਕਿ ਤੁਸੀਂ ਇੱਕ ਤਾਂ ਫਸਲੀ ਵਿਭਿੰਨਤਾ ਤੋਂ ਭੱਜਦੇ ਪਏ ਹੋ, ਦੂਜੀ ਗੱਲ ਇਹ ਹੈ ਕਿ ਤੁਸੀਂ ਆਪਦਾ ਮਾਲੀਆ ਉਸਨੂੰ ਮਜ਼ਬੂਤ ਨਹੀਂ ਕਰਦੇ ਪਏ, ਜਿਸ ਕਰਕੇ ਤੁਹਾਨੂੰ ਕੇਂਦਰ ਅੱਗੇ ਹੱਥ ਅੱਡਣੇ ਪੈ ਰਹੇ ਹੈ। ਤੀਜਾ ਸਵਾਲ ਸਰ ਮੇਰਾ ਨਾਲ ਹਰਦੀਪ ਸਿੰਘ ਕਿੰਗਰਾ,
ਜਿਹੜਾ ਸੰਘੀ ਢਾਂਚੇ ਵਾਲਾ ਸਵਾਲ ਹੈ ਉਹ ਤੁਸੀਂ ਮਜ਼ਬੂਤੀ ਨਾਲ ਅੱਗੇ ਵਧਾਇਆ ਅਤੇ ਕਿਸ ਬਿਨਾਹ 'ਤੇ ਤੁਸੀਂ ਇਹ ਮੰਨਦੇ ਪਏ ਹੋ ਕਿ ਬਾਕੀ ਥਾਵਾਂ 'ਤੇ ਜਿਹੜੀ BJP ਦੀਆਂ ਓਪੋਜੀਸ਼ਨ ਗੌਰਮੈਂਟਸ ਹੈ ਉਹ ਤੁਹਾਡੀ ਗੱਲ ਨੂੰ ਮੰਨ ਕੇ ਅੱਗੇ ਤੁਰ ਪੈਣਗੀਆਂ? ਦੇਖੋ KP, ਜਿਹੜਾ ਮੁੱਦਾ ਇਹਨਾਂ ਨੇ ਚੱਕਿਆ ਨਾ ਕਿ ਸਟੇਟ ਦੀ ਫਾਈਨੈਂਸ਼ੀਅਲ ਹਾਲਤ ਜਿਹੜੀ ਆ ਉਹ ਮਾੜੀ ਆ, ਉਹਨੂੰ ਤਕੜੀ ਕਰੋ, ਉਹ ਆਪਣੇ ਆਪ 'ਚ ਇੱਕ ਵਿਸ਼ਾ ਹੈਗਾ। ਉਹਦੇ 'ਤੇ ਬਹੁਤ ਜ਼ਿਆਦਾ ਬਹਿਸ ਕੀਤੀ ਜਾ ਸਕਦੀ ਹੈ, ਉਹਦੇ ਕਾਰਨ ਹੈਗੇ ਹੈ। ਮੈਂ ਨਹੀਂ ਕਹਿੰਦਾ ਕਿ ਸਟੇਟ ਦੀ ਕੋਈ ਫਾਈਨੈਂਸ਼ੀਅਲ ਹਾਲਤ ਬਹੁਤ ਚੰਗੀ ਹੈ। ਤੁਸੀਂ ਇਹ ਮੰਨਦੇ ਹੋ ਨਾ ਹਰਦੀਪ ਸਿੰਘ, ਜਿਹੜਾ ਤੁਸੀਂ ਇਹ ਮੰਨਦੇ ਹੋ ਜੋ ਇਸ ਤੋਂ ਪਹਿਲਾਂ ਸਰਕਾਰਾਂ ਦੇ ਵਿੱਚ ਕਰਪਸ਼ਨ ਹੁੰਦੀ ਸੀ ਅੱਜ ਵੀ ਹੋ ਰਹੀ ਹੈ, ਇਹ ਗੱਲ ਮੰਨਦੇ ਪਏ ਹੋ? ਨਹੀਂ ਨਹੀਂ, ਮੈਂ ਤੁਹਾਨੂੰ ਕਿਹਾ ਕਿ ਜਿਹੜੀ ਸੂਬੇ ਦੀ ਫਾਈਨੈਂਸ਼ੀਅਲ ਹਾਲਤ ਆ ਉਹ ਚੰਗੀ ਕੀਤੀ ਜਾ ਸਕਦੀ ਹੈ। ਮੈਂ ਇਕਬਾਲ ਸਿੰਘ ਹੋਰਾਂ ਨਾਲ ਸਹਿਮਤ ਹਾਂ, ਚੰਗੀ ਨਹੀਂ ਕੀਤੀ ਜਾ ਰਹੀ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਹੈਗੀ ਹੈ। ਠੀਕ ਹੈ, ਪਰ ਇਹਦੇ ਕੁਝ ਇਨਹੈਰੈਂਟ ਡਿਫੈਕਟ ਵੀ ਹੈਗੇ ਹੈ ਜਿਹੜੇ ਕਿ ਸਾਨੂੰ ਚੰਗੀ ਨਹੀਂ ਹੋਣ ਦਿੰਦੇ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਆਹ ਜਿਹੜੀ ਮੰਡੀ ਦੀ ਗੱਲ ਕਰਦੇ ਹੈ ਕਿ ਥਾਂ ਥਾਂ ਪੂਰੇ ਪੰਜਾਬ ਨੂੰ ਮੰਡੀ ਡਿਕਲੇਅਰ ਕਰ ਦਿਓ, ਇਹਦਾ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ, ਕਿਸੇ ਨੂੰ ਕੈਦ ਹੋ ਜਾਏ ਤਾਂ ਪੂਰੇ ਪੰਜਾਬ ਨੂੰ ਜੇਲ੍ਹ ਡਿਕਲੇਅਰ ਕਰ ਦਿਓ, ਉਹਨੂੰ ਕਹੋ ਆਪਦੇ ਘਰੇ ਰਹੀ ਜਾ। ਆਹ ਗੱਲ ਕੀਤੀ ਹੈ ਇਹਨਾਂ ਬੇਵੀਰਾਂ ਨੇ, ਉਹਨੂੰ ਕਹੋ ਵੀ ਆਪਦੇ ਘਰੇ ਰਹੀ ਜਾ, ਤੇਰਾ ਘਰ ਵੀ ਜੇਲ੍ਹ ਡਿਕਲੇਅਰ ਕਰਤਾ। ਉਹ ਮੰਡੀ ਜੇ ਤੁਸੀਂ ਡਿਕਲੇਅਰ ਕਰ ਦਿਓਗੇ, ਹਰੇਕ ਦੁਕਾਨ ਹਰੇਕ ਜਿਹੜੀ ਉਹ ਸਭ ਮੰਡੀ ਡਿਕਲੇਅਰ, ਤੁਸੀਂ ਕੰਟਰੋਲ ਕਿਵੇਂ ਕਰੋਗੇ ਉਹਨੂੰ? ਫਿਰ ਮੰਡੀ ਐਕਟ ਦਾ ਰੈਲੇਵੈਂਸ ਕਿੱਥੇ ਰਹੇਗਾ? ਹਰਦੀਪ ਸਿੰਘ ਇੰਗਰਾ, ਹਰਦੀਪ ਸਿੰਘ ਇੰਗਰਾ, ਠੀਕ ਠੀਕ ਹੈ ਸਰ, ਜਿਹੜੀ ਦੁਕਾਨ ਹੈ ਹਰਦੀਪ ਸਿੰਘ ਇੰਗਰਾ ਸਰ, ਲਾਸਟ ਸਵਾਲ ਦਾ ਜਵਾਬ, ਮੰਡੀ ਐਕਟ ਦਾ ਰੈਲੇਵੈਂਸ ਕਿੱਥੇ ਸਰ? ਲਾਸਟ ਸਵਾਲ ਦਾ ਜਵਾਬ ਦੇ ਦਿਓ ਹਰਦੀਪ ਸਿੰਘ ਇੰਗਰਾ। ਹਰਦੀਪ ਸਿੰਘ ਇੰਗਰਾ, ਮਿਸਟਰ ਇੰਗਰਾ, ਲਾਸਟ ਸਵਾਲ, ਇੰਗਰਾ ਸਾਹਿਬ, ਇੰਗਰਾ ਸਾਹਿਬ ਪਲੀਜ਼ ਪਲੀਜ਼, ਔਰ ਮੈਂ ਤੁਹਾਨੂੰ ਦੱਸੀ ਜਾ, ਇੰਗਰਾ ਸਾਹਿਬ ਸਰ ਸੁਣ ਲਓ ਸਰ, ਕੇਂਗਰਾ ਸਾਹਿਬ ਸਰ ਸੁਣ ਲਓ, ਲਾਸਟ ਸਵਾਲ ਦਾ ਜਵਾਬ ਦੇ ਦਿਓ। ਸੰਘੀ ਢਾਂਚੇ ਵਾਲਾ ਜਿਹੜਾ ਸਵਾਲ ਤੁਸੀਂ ਜ਼ੋਰ ਸ਼ੋਰ ਨਾਲ ਚੱਕਦੇ ਪਏ ਹੋ, ਬਾਕੀ ਸਰਕਾਰਾਂ ਬਾਕੀ ਸੂਬੇ ਦੀਆਂ ਸਰਕਾਰਾਂ, ਕੋਈ ਉਹਨਾਂ ਵੱਲੋਂ ਕੋਈ ਪੋਜ਼ਿਟਿਵ ਪਹੁੰਚ ਆਈ ਹੈ, ਅਪਰੋਚ ਆਈ ਹੈ ਉਹਨਾਂ ਕੋਲੋਂ ਤੁਹਾਡੇ ਤੱਕ ਕਿ ਨਹੀਂ? ਡਾਕਟਰ ਪਿਆਰੇ ਲਾਲ ਗਰਗ ਨੇ ਬਹੁਤ ਵਧੀਆ ਜਵਾਬ ਦਿੱਤਾ ਹੈ। ਸੰਘੀ ਢਾਂਚੇ ਦੇ ਵਿੱਚ ਹੀ ਇਹ ਪ੍ਰਾਵਧਾਨ ਹੈ ਜਿਹੜਾ 254 ਦਾ, ਉਸੇ ਉਹਦੇ ਮੁਤਾਬਕ ਬਹੁਤ ਸਾਰੇ ਕਾਨੂੰਨ ਨੇ ਭਾਰਤ ਸਰਕਾਰ ਦੇ ਜਿਹੜੇ ਕਿ ਸਟੇਟਾਂ ਨੇ ਆਪਦੀ ਮਰਜ਼ੀ ਦੇ ਨਾਲ ਆਪਦੇ ਮੁਤਾਬਕ ਅਮੈਂਡਮੈਂਟ ਕੀਤੇ ਹੋਏ ਨੇ। ਠੀਕ ਹਰਦੀਪ ਸਿੰਘ ਇੰਗਰਾ, ਠੀਕ ਹੈ, ਸੈਂਕੜੇ ਕਾਨੂੰਨ ਨੇ, ਠੀਕ ਹੈ ਠੀਕ ਹੈ ਠੀਕ ਹੈ ਸਰ, ਡਟ ਕਰ ਜਿਹਦਾ ਇਹਦੇ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਉਹਨਾਂ ਨੂੰ ਪਤਾ ਸੀਗਾ। ਠੀਕ ਹੈ ਸਰ, ਇਸੇ ਵੇਲੇ ਵੀ ਕੋਈ ਠੀਕ ਹੈ ਸਰ, ਮੇਰੇ ਕੋਲ ਵਕਤ ਨਹੀਂ ਹੈ ਹਰਦੀਪ ਸਿੰਗਰਾ, ਵਕਤ ਸਰ ਵਕਤ ਨਹੀਂ ਹੈ, ਕੇਂਗਰਾ ਸਾਹਿਬ ਵਕਤ ਨਹੀਂ ਹੈ, ਵਕਤ ਨਹੀਂ ਹੈ, ਵਕਤ ਨਹੀਂ ਹੈ ਸਰ, ਵਕਤ ਨਹੀਂ ਹੈ, ਠੀਕ ਹੈ ਸਰ, ਠੀਕ ਹੈ, ਪ੍ਰਾਵਧਾਨ ਆਲਰੇਡੀ ਹੈ ਸਾਡੇ, ਠੀਕ ਹੈ ਕੇਂਗਰਾ ਸਾਹਿਬ, ਪਲੀਜ਼ ਪਲੀਜ਼ ਆਪਾਂ ਇਦਾਂ ਨਾ ਕਰੀਏ। ਡਾਟਾ ਗਰਗ ਸਰ, ਲਾਸਟ ਕਮੈਂਟ ਮੈਨੂੰ ਤੁਹਾਡਾ ਚਾਹੀਦਾ। ਡਾਟਾ ਗਰਗ, ਇਸ ਪੂਰੇ ਹੁਣ ਸੰਦਰਭ ਨੂੰ ਸਰ, ਕਿਸਾਨ ਜਥੇਬੰਦੀਆਂ ਜਿਸ ਤਰੀਕੇ ਨਾਲ ਸੋਚ ਰਹੀਆਂ, ਹੁਣ ਉਹਨਾਂ ਨੇ ਅੰਦੋਲਨ ਦੀ ਅਗਲੀ ਤਰੀਕ ਹੈ ਜਿਹੜੀ ਉਹ ਵੀ ਦੱਸ ਦਿੱਤੀ ਹੈ, ਕਦੋਂ ਅਸੀਂ ਅਗਲਾ ਫੈਸਲਾ ਕਰਨਾ? ਡਾਟਾ ਗਰਗ, ਇਸ ਪੂਰੀ ਚਰਚਾ ਨੂੰ ਸਮੇਟਣਾ ਹੋਵੇ ਤਾਂ ਕਿਸਾਨ ਜਥੇਬੰਦੀਆਂ ਨੂੰ ਅਤੇ ਸਿਆਸੀ ਧਿਰਾਂ ਨੂੰ ਸਰ ਕਿੱਥੇ ਤੁਸੀਂ ਖੜਾ ਹੋਇਆ ਦਿਖਾਈ ਦੇ ਰਹੇ ਹੋ? ਦੇਖੋ, ਸਭ ਤੋਂ ਗੱਡੀ, ਮੈਂ ਤਾਂ ਛੋਟੀ ਜਿਹੀ ਗੱਡੀ ਕਹਾਂਗਾ। ਇੱਕ ਤਾਂ ਜਿਹੜਾ ਰੈਜ਼ੋਲੂਸ਼ਨ ਪਾਸ ਹੋਇਆ ਉਹ ਤਾਂ ਹੈਗਾ ਠੀਕ, ਜਿਹੜੇ ਬਿੱਲ ਨੇ ਜੇ ਬਾਕੀ ਸਟੇਟਾਂ ਵੀ ਪਾਸ ਕਰਨ ਲੱਗ ਗਈਆਂ ਤਾਂ ਇਹ ਮੋਹਰ ਲੱਗ ਗਈ ਸੈਂਟਰ ਦੇ ਬਿੱਲਾਂ 'ਤੇ। ਇਹਨੂੰ ਧਿਆਨ ਨਾਲ ਪੜ੍ਹ ਲੈਣ ਸਾਰੀਆਂ ਪਾਰਟੀਆਂ, ਇਹ ਬਿਲਕੁਲ ਮੋਹਰ ਲਾਉਣ ਦੀ ਬਰਾਬਰ ਹੈ। ਪਰ ਜਿਹੜਾ ਇਹ ਪਾਸ ਕਰਤਾ ਵੀ ਅਸੀਂ ਇਹਨਾਂ ਨੂੰ ਮੰਨਦੇ ਨਹੀਂ, ਇਹਨਾਂ ਨੂੰ ਰੱਦ ਕਰਦੇ ਹਾਂ, ਉਹ ਵਧੀਆ, ਉਹ ਰੈਜ਼ੋਲੂਸ਼ਨ ਸਾਰੀਆਂ ਪਾਰਟੀਆਂ ਪਾਸ ਕਰਨ, ਦੂਜੀਆਂ ਪਾਰਟੀਆਂ ਵੀ ਜੇ ਤਾਂ ਚੰਗਾ ਹੋਏਗਾ। ਅਕਾਲੀ ਦਲ ਜਿਵੇਂ ਕੋਸ਼ਿਸ਼ ਕਰ ਰਿਹਾ ਕਿ ਅਸੀਂ ਬਾਕੀ ਵਿਰੋਧੀ ਜਿਹੜੇ ਪਾਰਟੀਆਂ ਨੇ, ਰੀਜਨਲ ਪਾਰਟੀਆਂ, ਵਿਰੋਧੀ ਨਹੀਂ ਕਹਾਂਗਾ ਮੈਂ, ਉਹਨਾਂ ਨੂੰ ਬੁਲਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਫੈਡਰਲਿਜ਼ਮ ਦੀ, ਉਹ ਫੈਡਰਲਿਜ਼ਮ ਗੱਲ ਹੈ। ਜਿੱਥੋਂ ਸਵਾਲ ਇਹ ਕਰਿਆ, ਕਿਸਾਨ ਅੰਦੋਲਨ ਦੇ ਪ੍ਰੈਸ਼ਰ 'ਚ ਹੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ ਅਤੇ ਇਹ ਪ੍ਰੈਸ਼ਰ ਦੇ ਵਿੱਚ ਹੋਇਆ, ਪ੍ਰੈਸ਼ਰ 'ਚ ਹੀ ਰਹੇਗਾ। ਜਿਹੜਾ ਕੇਂਗਰਾ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਦੇਖੋ ਜੀ, ਭੁੱਖਾ ਨਹੀਂ ਮਾਰ ਸਕਦੇ, ਫੂਡ ਸਿਕਿਉਰਿਟੀ ਆ, ਕੋਵਿਡ 'ਚ ਭੁੱਖਾ ਮਾਰਿਆ ਹੀ ਹੈ, ਇਹ ਭੁਲੇਖਾ ਇਹ ਮਨ 'ਚੋਂ ਕੱਢ ਦੇਣਾ ਚਾਹੀਦਾ ਵੀ ਸਰਕਾਰ ਕੁਛ ਵੀ ਕਰ ਦਿੰਦੀ ਹੈ ਜਦ ਕਰਦੀ ਹੈ। ਲੋਕਾਂ ਨੇ ਸਾਰੇ ਬੇਰੁਜ਼ਗਾਰ ਕਰੀ ਨੇ, ਲੋਕ ਤੁਰੇ ਕੇ ਪੈਦਲ ਗਏ ਨੇ, ਸੋ ਆਪਾਂ ਇਸ ਪਾਸੇ ਨਾ ਰਹੀਏ। ਆਪਾਂ ਨੂੰ ਇਹ ਗੱਲ ਠੀਕ ਹੈ ਕਿ ਜਦ ਤੁਸੀਂ MSP ਦੀ ਗੱਲ ਕਰਦੇ ਹੋ, 3 ਸਾਲ ਦੀ ਕੈਦ ਦੀ ਗੱਲ ਕਰਦੇ ਹੋ, ਦੇਖਣ ਨੂੰ ਬੜਾ ਸੋਹਣਾ ਲੱਗਦਾ ਹੈ, ਪਰ ਜੇ ਕਿਸਾਨ ਦੀ ਫਸਲ ਬਿਲਕੁਲ ਹੀ ਵਿਕਣ, ਕੋਈ ਬੰਦਾ ਕਿਉਂ ਆਊਗਾ 3 ਸਾਲ ਦੀ ਕੈਦ ਰਹਿਣ ਇੱਥੇ? ਉਹ ਕਹੂਗਾ ਜੀ ਮੈਂ ਲੈਂਦਾ ਹੀ ਨਹੀਂ ਤੁਹਾਡੀ, ਮੈਂ ਮੱਧ ਪ੍ਰਦੇਸ਼ ਤੋਂ ਖਰੀਦੂੰਗਾ, ਮੈਂ ਯੂਪੀ ਚੋਂ ਖਰੀਦੂੰਗਾ, ਮੈਂ ਤੁਹਾਡੇ ਕੋਲ ਆਉਂਦਾ ਹੀ ਨਹੀਂ। ਇਹੀ ਸਵਾਲ ਸੀ, ਮੇਰਾ ਇਹੀ ਸਵਾਲ ਸੀ। ਇਹਨਾਂ ਦੀ ਰੈਲੇਵੈਂਸ ਦੋਨੇ ਪਾਸੇ ਦੇਖਣੀ ਪਏਗੀ। ਉਹ ਇਹ ਹੈ ਕਿ ਰੈਜ਼ੋਲੂਸ਼ਨ ਪਾਸ ਕਰਿਆ ਵਧੀਆ ਗੱਲ ਹੈ, ਸਾਰੀਆਂ ਪਾਰਟੀਆਂ ਇਕੱਠੀਆਂ ਨੇ ਵਧੀਆ ਗੱਲ ਹੈ, ਫੈਡਰਲਿਜ਼ਮ ਦੀ ਲੜਾਈ ਸਾਰੀਆਂ ਪਾਰਟੀਆਂ ਨੂੰ ਲੜਨੀ ਚਾਹੀਦੀ ਹੈ ਆਪਦੇ ਆਪਦੇ ਪਲੈਟਫਾਰਮ ਤੋਂ। ਚਲੋ, ਬਹੁਤ ਬਹੁਤ ਧੰਨਵਾਦ ਡਾਕਟਰ ਗਰਗ ਤੁਹਾਡਾ, ਹਰਦੀਪ ਸਿੰਘ ਇੰਗਰਾ ਤੁਹਾਡਾ ਬਹੁਤ ਧੰਨਵਾਦ, ਇਕਬਾਲ ਸਿੰਘ ਤੁਹਾਡਾ ਬਹੁਤ ਧੰਨਵਾਦ, ਅਰਸ਼ਦੀਪ ਸਿੰਘ ਕਲੇਰ ਤੁਹਾਡਾ ਬਹੁਤ ਧੰਨਵਾਦ। ਕੁੱਲ ਮਿਲਾ ਕੇ ਡਾਕਟਰ ਗਰਗ ਨੇ ਜਿਹੜਾ ਸਮਅਪ ਕੀਤਾ ਉਸ ਦੇ ਵਿੱਚ ਹੀ ਸਾਰੇ ਜਵਾਬ ਲੁਕੇ ਹੋਏ ਆ। ਮਤਾ ਜਿਹੜਾ ਲਿਆਂਦਾ ਗਿਆ, ਰੈਜ਼ੋਲੂਸ਼ਨ ਜਿਹੜਾ ਲਿਆਂਦਾ ਗਿਆ, ਉਸ ਵਿੱਚ ਦਮ ਹੈਗਾ, ਸੋਧ ਬਿੱਲਾਂ 'ਤੇ ਸਵਾਲ ਬਹੁਤ ਸਾਰੇ ਬਾਕੀ ਹੈਗੇ ਆ, ਪਰ ਇਹਨਾਂ ਸੋਧ ਬਿੱਲਾਂ ਦੇ ਸਵਾਲਾਂ ਦੇ ਨਾਲ ਸੰਘੀ ਢਾਂਚੇ ਵਾਲਾ ਸਵਾਲ ਹੈ ਜਿਹੜਾ, ਉਸ ਨੂੰ